ਜਿਹੜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਆਪ ਸਭ ਸੰਗਤਾਂ, ਰਿਸ਼ਤੇਦਾਰ, ਸਾਥ ਸੰਬੰਧੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਲਈ ਪਹੁੰਚੇ ਹੋ। ਬੜੇ ਹੀ ਨਿੱਘੇ, ਬੜੇ ਹੀ ਪਿਆਰ ਭਰੇ ਸੁਭਾਅ ਦੇ ਮਾਲਕ ਸਨ ਸਰਦਾਰਨੀ ਹਰਜੀਤ ਕੌਰ ਜੀ। 30 ਸਾਲ ਪਹਿਲਾਂ ਉਸਦਾ ਵਿਆਹ ਸਾਡੇ ਛੋਟੇ ਵੀਰ ਬਸੰਤ ਸਿੰਘ ਨਾਲ ਹੋਇਆ। ਬਸੰਤ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਉਸ ਤੋਂ ਬਾਅਦ ਇੱਕ ਬੇਟੇ ਨੇ, ਬੇਟੀ ਵਿਆਹੀ ਹੋਈ ਹੈ। ਕੁਝ ਪਰਮਾਤਮਾ ਨੂੰ ਇਸ ਤਰ੍ਹਾਂ ਮਨਜ਼ੂਰ ਸੀ ਪਿੱਛੇ ਪਰਿਵਾਰਕ ਪਿਛੋਕੜ ਵਾਲੇ ਪਾਸੇ ਕਿ ਬੀਬੀ ਅੱਜ ਭੈਣ ਹਰਜੀਤ ਕੌਰ ਹੁਣਾਂ ਦੇ ਆਤਮਾ ਦੀ ਸ਼ਾਂਤੀ ਵਾਸਤੇ ਭੋਗ 'ਚ ਅੱਜ ਅਸੀਂ ਸਾਰੇ ਸ਼ਾਮਿਲ ਹੋਏ ਹਾਂ। ਔਰ ਮੈਨੂੰ ਬੜਾ ਦੁੱਖ ਹੋ ਰਿਹਾ ਇਹ ਕਹਿੰਦੇ ਆ ਕਿ 10 ਦਿਨ ਪਹਿਲਾਂ, 15 ਦਿਨ ਪਹਿਲਾਂ ਇਹੋ ਹੀ ਪਰਿਵਾਰ ਪਲੈਨ ਕਰ ਰਿਹਾ ਸੀ ਔਰ ਮੈਨੂੰ ਫੋਨ ਕੀਤਾ ਕਿ ਇੱਕ ਰਿਸ਼ਤਾ ਆਇਆ ਡਾਇਮੰਡ ਵਾਸਤੇ ਅਤੇ ਉਹਦੇ ਲਈ ਤੁਸੀਂ ਦੱਸੋ ਕਿ ਇਹ ਕਰ ਲਈਏ ਕਿ ਨਾ ਕਰ ਲਈਏ। ਔਰ ਬੜਾ ਹੀ ਖੁਸ਼ੀ ਭਰਿਆ ਮਾਹੌਲ ਸੀਗਾ ਇਸ ਘਰ ਦੇ ਵਿੱਚ। ਕਦੀ ਸੋਚਿਆ ਪਰਿਵਾਰ ਜਿਹਨੂੰ ਸਤਿਗੁਰੂ ਨੇ ਸਾਰੀਆਂ ਖੁਸ਼ੀਆਂ ਦਿੱਤੀਆਂ, ਕਿਸੇ ਵੀ ਪੱਖੋਂ ਥੋੜ੍ਹ ਨਹੀਂ, ਨੇਕ ਕਮਾਈ ਕੀਤੀ ਹੈ, ਜਾਇਦਾਦ ਪੱਖੋਂ ਕੋਈ ਕਮੀ ਨਹੀਂ। ਔਰ ਬੱਚੇ ਵੀ ਅਜਿਹੇ ਹੋਣ ਹਾਰ ਦਿੱਤੇ ਨੇ, ਬੱਚੇ ਵੀ ਇੱਕ ਜਾਇਦਾਦ ਹੁੰਦੇ ਨੇ। ਇੰਨੀ ਦੁਖਦਾਈ ਘੜੀ ਹੈ, ਬਿਆਨ ਕਰਨ ਵਾਲੀ ਗੱਲ ਨਹੀਂ। ਮੇਰੇ ਵੀਰ ਬਸੰਤ ਸਿੰਘ ਨਾਲ ਬਹੁਤ ਹੀ ਜ਼ਿਆਦਾ ਪਰਿਵਾਰ ਨਾਲ ਧੱਕਾ ਆਇਆ, ਪਰ ਉਹ ਪਰਮਾਤਮਾ ਦਾ ਹੁਕਮ ਆ, ਉਹਨੂੰ ਕੌਣ ਮੋੜ ਸਕਦਾ। ਬਾਕੀ ਪਰਿਵਾਰ ਵਾਸਤੇ ਜਿੰਨੇ ਵੀ ਇੱਥੇ ਸੱਜਣ ਆਏ ਆ, ਸਾਰੇ ਹੀ ਇਹ ਪਰਿਵਾਰ ਵਾਸਤੇ ਮੇਰੇ ਤੋਂ ਵੱਧ ਜਾਂਦੇ ਆ। ਇਹੋ ਜਿਹੇ ਪਰਿਵਾਰ ਉਧਰਲੇ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਭੈਣ ਜੀ ਹਰਜੀਤ ਕੌਰ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਹਾਂ। ਔਰ ਸਾਡਾ ਇਹ ਪਰਿਵਾਰ ਨਾਲ ਵਾਹ ਪਿਆ। ਯੂਪੀ ਇਲੈਕਸ਼ਨ 'ਚ ਅਸੀਂ ਗਏ ਸਰਦਾਰ ਬਸੰਤ ਸਿੰਘ ਜੀ ਕੋਲ, ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੇ। ਸਾਡੇ ਜਿਹੜੇ MLA ਸਾਹਿਬ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਲਕੇ ਤੋਂ, ਉਹਨਾਂ ਦੇ ਭਰਾ ਨੇ, ਨਾਲ ਗੁਰਭਾਈ ਵੀ ਹੈ। ਔਰ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਅਦੋਤ ਭਿਆ ਉੱਠ ਚੱਲੇ, ਜਿਉਂ ਜਿਉਂ ਅਹੁਦ ਬਿਹਾਨੀਆਂ ਅਤੇ ਮਹਾਂਵਾਕ ਅਨੁਸਾਰ ਬਹੁਤ ਹੀ ਸਤਿਕਾਰਯੋਗ ਬੀਬੀ ਹਰਜੀਤ ਕੌਰ ਜੀ ਨੂੰ ਜਿੰਨੇ ਵੀ ਸਵਾਸ ਉਸ ਪਰਮੇਸ਼ਰ ਨੇ ਦੇ ਕੇ ਇਸ ਮਾਤ ਲੋਕ 'ਤੇ ਭੇਜਿਆ ਸੀ, ਉਹਨਾਂ ਨੂੰ ਪੂਰਿਆ ਕਰਕੇ ਉਹ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ। ਔਰ ਆਪਾਂ ਸਾਰੇ ਹੀ ਇਸ ਪਰਿਵਾਰ ਨਾਲ ਪਿਆਰ ਰੱਖਣ ਵਾਲਾ ਪਰਿਵਾਰ ਦੇ ਨਾਲ ਨਿੱਜੀ ਰਿਸ਼ਤਾ ਰੱਖਦੇ ਹੋਏ, ਨਿੱਜੀ ਸੰਬੰਧ ਰੱਖਦੇ ਹੋਏ ਆਪਾਂ ਬੈਠੇ ਹਾਜ਼ਰੀ ਲਾ ਰਹੇ ਹਾਂ। ਪਰਸੋਂ ਸਵੇਰ ਤੋਂ ਤੁਰਕੀ ਬਾਣੀ ਦੇ ਜਾਪ, ਗੁਰੂ ਕੇ ਕੀਰਤਨੀਆਂ ਨੇ ਕੀਰਤਨ ਦੀਆਂ ਹਾਜ਼ਰੀਆਂ, ਅਤੇ ਆਪਾਂ ਬੈਠੇ ਬੈਠੇ ਅੰਦਰੋਂ ਸਾਰੇ ਅਰਦਾਸਾਂ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹੋਰ ਬੁਲੰਦੀਆਂ ਚੜ੍ਹਦੀ ਕਲਾ ਬਖਸ਼ੀ। ਮੈਂ ਬਾਰ ਐਸੋਸੀਏਸ਼ਨ ਤਰਨ ਤਾਰਨ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੀ ਛੋਟੀ ਭੈਣ
ਬੇਬੇ ਹਰਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਪਰਮਾਤਮਾ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕਰਦਾ ਹਾਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਭੈਣ ਸਰਜੀਤ ਕੌਰ ਜੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਵਿੱਚ ਨਿਵਾਸ ਬਖਸ਼ੋ, ਪਿੱਛੇ ਪਰਿਵਾਰ ਨੂੰ, ਭੈਣਾਂ ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਹੋਰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ, ਸ਼ਕਤੀ, ਤਾਕਤ, ਸਮਰੱਥਾ, ਅਕਲ ਅਤੇ ਬੁੱਧੀ ਬਖਸ਼ਿਸ਼ ਕਰੋ। ਇਹਨਾਂ ਕੋਲ ਜਿੰਦਾ ਹੋਇਆ ਉਹਨਾਂ ਦਾ ਜੱਜ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ। ਦੂਰੋਂ ਨੇੜਿਓਂ ਆਏ ਸਾਰੇ ਜਿਹੜੇ ਵਕੀਲ ਸਾਹਿਬਾਨ, ਰਿਸ਼ਤੇਦਾਰ ਸਾਹਿਬਾਨ, ਸਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਦੁੱਖ ਦੀ ਇਸ ਘੜੀ ਦੇ ਵਿੱਚ ਦੁੱਖ ਵੰਡਾਇਆ। ਸਿਆਣੇ ਕਹਿੰਦੇ ਦੁੱਖ ਵੰਡਾਇਆ ਘਟਦਾ ਹੈ, ਸੁੱਖ ਦੇ ਵਿੱਚ ਸ਼ਾਮਲ ਹੋਈ ਅਤੇ ਦੁੱਖ ਵੱਧ। ਇਸ ਕਰਕੇ ਅੱਜ ਆਪਾਂ ਸਾਰੇ ਸ਼ਾਮਲ ਹੋਏ ਹਾਂ ਭੈਣ ਜੀ ਹਰਜੀਤ ਕੌਰ ਦੀ ਅੰਤਮ ਅਰਦਾਸ ਦੇ ਵਿੱਚ।
ਸਾਲਿਕੀ ਮਿੱਤਰ ਦਾਰੇ ਸ਼ਤਰ ਤੱਕ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ ਲੋਕ ਪਰਲੋਕ ਦੇ ਰੱਖਿਅਕ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਬੈਠੀ ਗੁਰੂ ਸਵਾਰੀ ਸਤਸੰਗਤ ਜੀਓ ਕਰੋ ਕਿਰਪਾ, ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਮਨੋ ਬਿਰਤੀਆਂ ਨੂੰ ਕਰੋ ਇਕਾਗਰ, ਔਰ ਦਾਸਾਂ ਦੀ ਫਤਿਹ ਕਰੋ ਪ੍ਰਵਾਨ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵਹਿ ਨਾਨਕਾ ਸਦੇ ਉੱਠੀ ਜਾਹੇ। ਰਾਣਾ ਰਾਉ ਨਾ ਕੋ ਰਹਿ ਰੰਗਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ, ਰਾਹੋ ਬੁਰਾ ਪਿਹਾਵਲਾ ਸਰ ਡੂੰਗਰ ਅਸਗਾਹ, ਮੈਂ ਤਨ ਅਵਗੁਣ ਝੁਰ ਮੋਈ ਵਿਣ ਗੁਣ ਕਿਉਂ ਕਰ ਜਹਾ ਦੇ ਮਹਾਂਵਾਕ ਅਨੁਸਾਰ। ਸ਼੍ਰੀਮਤੀ ਹਰਜੀਤ ਕੌਰ ਜੀ ਧਰਮ ਸਪਤਨੀ ਸਰਦਾਰ ਬਸੰਤ ਸਿੰਘ ਜੀ ਜਿੰਨੀ ਸਤਿਗੁਰਾਂ ਨੇ ਆਜੋ ਬਖਸ਼ਿਸ਼ ਕੀਤੀ, ਸਵਾਸ ਬਖਸ਼ਿਸ਼ ਕੀਤੇ ਭੋਗਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਟਲ ਸੱਦੇ ਦੇ ਮੁਤਾਬਕ ਪਿਛਲੇ ਦਿਨੀ ਇਹ ਸੰਸਾਰ ਤੋਂ ਚਲਾਣਾ ਕਰ ਗਏ ਹਨ, ਪਰਿਵਾਰ ਨੂੰ ਸਦੀਵ ਵਿਛੋੜਾ ਦੇ ਗਏ ਹਨ। ਉਹਨਾਂ ਦੇ ਨਿਮਿੱਤ, ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ, ਰੂਹ ਦੀ ਕਲਿਆਣ ਦੇ ਲਈ ਸਾਰੇ ਪਰਿਵਾਰ ਨੇ ਜੁੜ ਮਿਲ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ ਦਾ ਉੱਟਾ ਆਸਰਾ ਲਿਆ ਹੈ। ਜਿੰਨੀ ਵੀ ਸੰਗਤ ਆਪ ਜੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ, ਅਰਦਾਸਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਦੇ ਲਈ ਪਹੁੰਚੇ ਹੋ, ਕਿਰਪਾ ਕਰਿਓ ਜਿੰਨਾ ਸਮਾਂ ਕੀਰਤਨ ਦੇ ਨਾਲ ਜੁੜਨਾ ਰੌਲੇ ਤੋਂ ਗੱਲਾਂ ਤੋਂ ਸੰਕੋਚ ਕਰਿਓ, ਕਿਉਂਕਿ ਐਸੇ ਸਮੇਂ ਸਾਰੀ ਸੰਗਤ ਦੀ ਅਰਦਾਸ ਬੇਨਤੀ ਸਤਿਗੁਰੂ ਜੀ ਦੇ ਅੱਗੇ ਪ੍ਰਵਾਨ ਹੁੰਦੀ ਹੈ। ਆਓ ਕਰੋ ਕਿਰਪਾ ਸਾਰੀ ਸੰਗਤ, ਆਪਾਂ ਕੀਰਤਨ ਦੇ ਨਾਲ ਦੁਲ ਮਿਲ ਕਰਕੇ ਉਸ ਵਿਛੜ ਚੁੱਕੀ ਰੂਹ ਦੇ ਨਿਮਿੱਤ ਅਰਦਾਸ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਗਾਲੀ ਰੱਬ ਕੀਆ,
ਸੁਕਿਆ
ਕਾ ਕੋਈ ਖੋਜੋ ਪਾਈ ਕਿਸ ਮਨ ਕਾ ਕੋਈ ਖੋਜੋ ਪਾਈ ਸਾਦੀ ਜੈ ਤੇ
ਸੱਚ ਪਛਾਨਾ ਸੱਚ ਪਛਾਨਾ ਇਸ ਮਨ ਕੋ ਕੋਈ ਖੋਜ ਪਾਈ ਇਸ ਮਨ ਕੋ ਕੋਈ ਖੋਜ ਪਾਈ ਸੱਜਣ ਰੰਗ ਲੈ
ਰੰਗ ਲੈ ਸੁਤੇ ਦੀਰਾ ਹਮ ਵੀ ਵੰਜਾ ਤੁਮ ਮਣੀ।
रंग ले जाए सुते
ਸਤਿਗੁਰਾਂ ਦੀ ਮਹਾਨ ਬਾਣੀ ਦਾ ਗਾਇਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਬਖਸ਼ਿੰਦ ਹਨ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਨ ਕਰਕੇ ਹਾਜ਼ਰੀਆਂ ਭਰਦੇ ਹੋਏ ਸਤਿਗੁਰਾਂ ਦੀ ਬਾਣੀ ਦਾ ਸਤਿਕਾਰ ਕੀਤਾ ਹੈ। ਨਾਲ ਹੀ ਵਿਛੜ ਚੁੱਕੀ ਰੂਹ ਦੇ ਨਿਮਿੱਤ ਆਪਾਂ ਸਾਰਿਆਂ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਹੈ। ਸਾਡੀਆਂ ਅਰਦਾਸਾਂ ਨੂੰ ਪ੍ਰਵਾਨ ਕਰਦੇ ਹੋਏ ਸਤਿਗੁਰੂ ਜੀ ਕਿਰਪਾ ਕਰਨ, ਉਸ ਵਿਛੜ ਚੁੱਕੀ ਰੂਹ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਸਦੀਵ ਕਾਲ ਅਭੇਦਤਾ ਬਖਸ਼ਿਸ਼ ਕਰਨ, ਔਰ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਬਲਬੁੱਧੀ ਬਖਸ਼ਿਸ਼ ਕਰਨ। ਆਓ ਅਨੰਦ ਸਾਹਿਬ ਦਾ ਪਾਠ ਆਪਾਂ ਸਾਰੀ ਸੰਗਤ ਰਲ ਮਿਲ ਕੇ ਗਾਇਨ ਕਰ ਲਈਏ। ਕਲੀ ਮਹੱਲਾ ਤੀਜਾ ਆਨੰਦ ਕੀ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਪ੍ਰਾਨ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ, ਸ਼ਬਦੋ ਤਾਂ ਕਰੋ ਹਰੀ ਤੇਰਾ ਮਨ ਜਿੰਨੀ ਵਸਾਇਆ, ਕਹਿ ਨਾਨਕ ਅਨੰਦ ਹੋਆ ਸਤਿਗੁਰੂ ਨੇ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਿਆ, ਹਰ ਨਾਲ ਰਹੋ ਤੂੰ ਮਨ ਮੇਰੇ ਰੂਪ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸੁਪਨਾ ਗਲਾ ਸਮਰਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿਆ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋਵਾ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਰੇ, ਨਾਮ ਜਿਤ ਕੇ ਮਨ ਹੈ ਵਸਿਆ ਵਾਚੇ ਸ਼ਬਦ ਬਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਕਰ, ਸ਼ਾਂਤ ਸੁਖ ਬਣਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਮਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰ ਪਿਆਰ, ਸਾਚਾ ਨਾਮ ਨਿਰਾਇਆ ਕਰ, ਵਾਜ ਪੰਜ ਸ਼ਬਦ ਜਿਨ ਕਰਸ ਪਾਗੇ ਕਰਸ ਪਾਗੇ, ਸ਼ਬਦ ਵਾਜ ਕਲਾ ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਡ ਜਮਾਰਿਆ, ਤੁਰ ਕਰਮ ਪਾਇਆ ਦੁੱਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਣੋ ਆਨੰਦ ਸੁਣੋ ਵੱਡ ਪਾਣੀ ਹੋ ਸਗਲ ਮਨੋਰਥ ਪਾਇਆ ਉਤਰੇ ਸਗਲੀ ਵਿਸੂਨੇ, ਦੁੱਖ ਲੋਕ ਸੰਤਾ ਪਿਉਤਰੇ ਸੁਣੀ ਸੱਚੀ ਬਾਣੀ,
ਪਾਈ ਸੰਤ ਸਜਨ ਪਏ ਸਰਸੇ ਪੂਰੇ ਗੁਰ ਤੇ ਨਾਮ ਸੁਣਤੇ ਪੁਨੀ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਪੂਰੇ ਸਨੋ ਸਵਣ ਗੁਰੂ ਪਾਣੀ ਪਿਤਾ ਮਾਤਾ ਦਿਵਸ ਰਾਤ ਕੋਈ ਦਾਈ ਦਾਇਆ ਖੇਲੇ ਸਕਦੇ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀਆ ਪੋਆ ਨਾਨਕ ਤੇ ਮੁਕੀ ਹੁੰਦੇ ਨੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਸਭ ਲੁਕ ਜਾਏ ਤੇਗ ਬਹਾਦਰ ਸਿਮਰਿਆ ਕਰਨ ਦਿਆਵਾ ਸਹਾਇ ਸਭ ਸਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਾਂ ਦੇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਪਿਆ ਮਨ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਦੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੇ ਨਾਮ ਚਿਤੇ ਆਵਣ ਕਾ ਸਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਨਮਾਣਿਆ ਕੇ ਮਾਣ ਤਾਣਿਆ ਕੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਪਾਤਸ਼ਾਹ ਸਮੂਹ ਸਰਬਾ ਸਾਧ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ ਇਹਨਾਂ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਪਰਸੋਂ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ ਖੁੱਲ੍ਹੇ ਪੜਾਵਾਂ ਦੇ ਵਿੱਚ ਪਾਤਸ਼ਾਹ ਜੀ ਉਹ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਸੱਚੇ ਪਾਤਸ਼ਾਹ ਜੀ ਔਰ ਆਪ ਜੀ ਦੇ ਸੇਵਕਾਂ ਤੋਂ ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਹਰਜਸ ਕਰਦੇ ਹਾਂ, ਕਈ ਪ੍ਰਕਾਰ ਦੀਆਂ ਮਹਾਰਾਜ ਜੀ ਸਾਰੀਆਂ ਸੰਗਤਾਂ ਦੇ ਹਾਜ਼ਰੀ ਚਲ ਫੁੱਲ ਭੇਟਾਵਾਂ ਦਾ ਪ੍ਰਵਾਨ ਕਰਦੀਆਂ, ਵਿਛੜੇ ਹੋਏ ਰੂਹ ਨੂੰ ਆਪਣੇ ਚਰਨ ਕਮਲਾਂ ਦਾ ਨਿਵਾਸ ਬਖਸ਼ਣਾ, ਪਰਿਵਾਰਕ ਭਾਣਾ ਮੰਨਣ ਦਾ ਬਲ ਬਖਸ਼ਣਾ। ਮਹਾਰਾਜ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂਗੀ ਜੋ ਪ੍ਰਭ ਕੋ ਮਿਲ ਬੋਜੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਵਾਹਿਗੁਰੂ ਨਾਮ ਮੰਗੇ ਆਵਣਾ ਮੰਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜਾ। ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜਾ। ਰਾਣਾ ਰਾਉ ਨਾ ਕੋ ਰਹੇ, ਰੰਗ ਨਾ ਤੁੰਗ ਫਕੀ, ਵਾਰੀ ਆਪੋ ਆਪਣੇ ਕੋਈ ਨਾ ਮੰਦਾ ਦੇ। ਆਪੇ ਹਰ ਇੱਕ ਰੰਗ ਆਪੇ ਬਹੁ ਰੰਗੀ, ਜੋ ਜਿਸ ਭਾਵੇ ਨਾਨਕਾ, ਸਾਰੇ ਗੱਲ ਚੰਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੇ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਤ, ਮਰਨਾ ਚੀਤ ਨਾ ਆਵੇ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ,
ਬੋਲ ਨਾ ਜਾਣੇ ਮਾਇਆ ਮਦ ਵਾਸਾ ਮਰਨਾ ਚੀਕ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਉ ਪਾਉ ਕਿਛ ਨਾਹੀ ਜਾਵਲ ਨਹੀਂ ਆਵੇ ਮੇਰੇ ਰਾਵ ਜੋ ਤੇਰਾ ਹੀ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁੱਖ ਨਾ ਸਹਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਣ ਸੁਖ ਫਲ ਪਾਇਣ ਆਠ ਪੈਰ ਅਰਾਧੇ ਤੇਰੀ ਸ਼ਰਨ ਤੇਰੇ ਪਰਵਾਸਾ ਪੰਜ ਦੁਸ਼ਟ ਲੈ ਸਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਹਾਂ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਣ ਕਾਲ ਰਾਖੀ ਮੇਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਣ ਕਾਲ ਰਾਖੀ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਦਿਓ ਪਿਛਲੇ ਦਿਨੀ ਮੇਰੇ ਅਤਿ ਸਤਿਕਾਰਯੋਗ ਚਾਚੇ ਜੀ ਸਰਦਾਰਨੀ ਹਰਜੀਤ ਕੌਰ ਜਿਹੜੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ, ਆਪ ਸਭ ਸੰਗਤਾਂ ਰਿਸ਼ਤੇਦਾਰ ਸਾਥ ਸੰਬੰਧੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਪਹੁੰਚੇ ਹੋ। ਬੜੇ ਹੀ ਨਿੱਘੇ, ਬੜੇ ਹੀ ਪਿਆਰ ਭਰੇ ਸੁਭਾਅ ਦੇ ਮਾਲਕ ਸਨ ਸਰਦਾਰਨੀ ਹਰਜੀਤ ਕੌਰ ਜੀ, ਔਰ ਬੜਾ ਪਿਆਰ ਹਮੇਸ਼ਾ ਉਹਨਾਂ ਨੇ ਆਪਣੇ ਪਰਿਵਾਰ ਨੂੰ ਦਿੱਤਾ। ਉਹਨਾਂ ਦੀ ਬੇਵਕਤੀ ਮੌਤ ਦਾ ਘਾਟਾ ਜਿੱਥੇ ਸਰਦਾਰ ਬਿਸੰਤ ਸਿੰਘ ਜੀ ਚਾਚਾ ਜੀ ਅਤੇ ਮੇਰੇ ਛੋਟੇ ਵੀਰ ਸਤਵੀਰ ਸਿੰਘ ਡਾਇਮੰਡ ਨੂੰ ਪਿਆ ਹੈ, ਉੱਥੇ ਹੀ ਉਹਨਾਂ ਦੀ ਇਸ ਮੌਤ ਦਾ ਬਹੁਤ ਹੀ ਵੱਡਾ ਘਾਟਾ, ਉਹਨਾਂ ਦੇ ਸਮੁੱਚੇ ਪਰਿਵਾਰ, ਨਿੱਕੇ ਵੱਡੇ ਪਰਿਵਾਰ ਸਾਰੇ ਹੀ ਜੀਆਂ ਨੂੰ ਬਹੁਤ ਵੱਡਾ ਘਾਟਾ ਜਿਹੜਾ ਉਹ ਪਿਆ। ਕੱਲ੍ਹ ਪਰਸੋਂ ਹੀ ਚਾਚਾ ਜੀ ਮੈਨੂੰ ਦੱਸ ਰਹੇ ਸੀ, ਇਸਦੇ ਬੈਠੇ ਸਾਰਾ ਪਰਿਵਾਰ ਗੱਲ ਕਰ ਰਹੇ ਸੀਗੇ ਕਿ ਇੱਕ ਇਲਾਕੇ ਦੇ ਵਿੱਚ ਇੱਕ ਮਿਸਾਲ ਆ ਇਹਨਾਂ ਦਾ ਪਰਿਵਾਰ ਕਿੱਡਾ ਵੱਡਾ ਇਕੱਠ, ਸਾਰੇ ਜੀ ਕੋਈ ਅੰਦਾਜ਼ਨ 24-25 ਜੀਆਂ ਦਾ ਪਰਿਵਾਰ ਇੱਕ ਸਾਥ ਇਕੱਠਾ ਰਹਿ ਰਿਹਾ ਅਤੇ ਇਸ ਇਕੱਠ ਦਾ ਜਿਹੜਾ ਸਿਹਰਾ
ਉਹ ਵੀ ਚਾਚਾ ਜੀ ਦੱਸ ਰਹੇ ਸਨ ਕਿ ਚਾਚੀ ਜੀ ਸਿਰਜਾਂਦਾ ਹੈ, ਉਹਨਾਂ ਦੇ ਨਿੱਘੇ ਸੁਭਾਅ ਕਰਕੇ, ਪਿਆਰ ਸਤਿਕਾਰ ਕਰਕੇ ਸਾਰਾ ਹੀ ਪਰਿਵਾਰ ਇਕੱਠਾ ਰਹਿੰਦਾ ਸੀ। ਅਤੇ ਇਸ ਪੂਰੇ ਪਰਿਵਾਰ ਨੇ ਇਕੱਠ ਦੀ ਵਜ੍ਹਾ ਕਰਕੇ ਬਹੁਤ ਤਰੱਕੀ ਕੀਤੀ ਹੈ ਔਰ ਇਲਾਕੇ ਵਿੱਚ ਬੜੇ ਸਤਿਕਾਰਤ ਨੇ ਸਾਰਾ ਪਰਿਵਾਰ, ਸਾਰੇ ਹੀ ਜੀ। ਗੁਰੂ ਸਾਹਿਬ ਦੀ ਕੋਈ ਕਿਰਪਾ ਹੈ ਕਿ ਇੰਨਾ ਪਿਆਰ ਇਹਨਾਂ ਸਾਰੇ ਹੀ ਪਰਿਵਾਰ ਦੇ ਜੀਆਂ ਦੇ ਵਿੱਚ ਭਰਿਆ ਹੋਇਆ ਹੈ ਔਰ ਇਲਾਕੇ ਦੇ ਵਿੱਚ ਬਹੁਤ ਮਾਣ ਅਤੇ ਸਤਿਕਾਰ ਹੈ। ਸਭ ਤੋਂ ਪਹਿਲਾਂ ਮੈਂ ਬੜੇ ਹੀ ਸਤਿਕਾਰਤ ਪ੍ਰੋਫੈਸਰ ਸੁਰਿੰਦਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪਰਿਵਾਰ ਸੰਬੰਧੀ ਕੁਛ ਵਿਚਾਰਾਂ ਆਪ ਸਭ ਨਾਲ ਸਾਂਝੀਆਂ ਕਰਨਗੇ। ਪ੍ਰੋਫੈਸਰ ਸੁਰਿੰਦਰਜੀਤ ਸਿੰਘ ਜੀ, 32 ਸਾਲ ਪਹਿਲਾਂ ਉਸਦਾ ਵਿਆਹ ਸਾਡੇ ਛੋਟੇ ਵੀਰ ਬਸੰਤ ਸਿੰਘ ਨਾਲ ਹੋਇਆ। ਬਸੰਤ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਉਸ ਤੋਂ ਬਾਅਦ ਇੱਕ ਬੇਟੇ ਨੇ, ਬੇਟੀ ਵਿਆਹੀ ਹੋਈ ਹੈ। ਕੁਝ ਪਰਮਾਤਮਾ ਨੂੰ ਇਸ ਤਰ੍ਹਾਂ ਮਨਜ਼ੂਰ ਸੀ ਪਿੱਛੇ ਪਰਿਵਾਰਕ ਪਿਛੋਕੜ ਵਾਲੇ ਪਾਸੇ ਕਿ ਬੀਬੀ ਹਰਜੀਤ ਜੋਤ ਕੌਰ ਚਾਬਾ ਸ਼ਾਇਦ ਉਹ ਅੱਜ ਵੀ ਆਏ ਹੋਏ ਹੈ ਅਤੇ ਉਹਨਾਂ ਦੇ ਰੈਫਰੈਂਸ ਨਾਲ ਹੀ ਉਹਨਾਂ ਨੂੰ ਮਿਲਿਆ, ਉਹਨਾਂ ਨੇ ਉਸਨੂੰ ਨਾਲ ਬਿਠਾਇਆ। ਐਂਡ ਹੀ ਇਜ਼ ਡੂਇੰਗ ਏ ਗੁੱਡ ਜੋਬ ਦੇਅਰ, ਬੜਾ ਅੱਛਾ ਕੰਮ ਕਰ ਰਿਹਾ। ਹੁਣ ਵਿਆਹ ਦੀ ਤਿਆਰੀ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਨਹੀਂ। ਇਸ ਪਰਿਵਾਰ ਦਾ ਪਿਛੋਕੜ ਦੇ ਵਿੱਚ 3 ਪੀੜ੍ਹੀਆਂ ਇਕੱਠੀਆਂ ਇੱਕ ਚੁੱਲ੍ਹੇ 'ਤੇ ਰੋਟੀ ਖਾਂਦੀਆਂ, ਇਹ ਬੜੀ ਵਿਲੱਖਣ ਗੱਲ ਹੈ। ਇਗਜ਼ਾਮ ਕਰਕੇ ਤਕਰੀਬਨ ਵਿਆਹ ਹੋ ਜਾਂਦੇ ਅਤੇ ਲੜਕਾ ਲੜਕੀ ਜਿਹੜਾ ਉਹ ਛੇਤੀ ਆਪਦਾ ਪਲਾਟ ਲੱਭ ਕੇ ਘਰ ਬਣਾ ਕੇ ਵੱਖਰਾ ਰਹਿਣ ਦੀ ਕੋਸ਼ਿਸ਼ 'ਚ ਹੁੰਦੇ ਹੈ। ਇਹਨਾਂ ਦੀਆਂ 3 ਪੀੜ੍ਹੀਆਂ, 3 ਭਰਾ ਇਕੱਠੇ, ਅੱਗੋਂ ਉਹਨਾਂ ਦੇ ਲੜਕੇ ਵਿਆਹ ਗਏ, ਸਾਰੇ ਇੱਕ ਚੁੱਲ੍ਹੇ 'ਤੇ ਰੋਟੀ। ਇੱਥੋਂ ਤੱਕ ਕਿ ਸਾਡਾ ਪਰਿਵਾਰ ਪਿੰਡ ਰਹਿੰਦਾ ਸੀ, ਇਹਨਾਂ ਨੇ ਹੁਣ ਸਾਨੂੰ ਵੀ ਚੁੱਕ ਕੇ ਇੱਥੇ ਲੈ ਜਾਂਦਾ ਅਤੇ ਸਾਡੀ ਰੋਟੀ ਵੀ ਉਸ ਚੁੱਲ੍ਹੇ 'ਤੇ ਕਰ ਦਿੱਤੀ। ਇਹ ਇੱਕ ਵਿਲੱਖਣਤਾ ਹੈ। ਸ਼ਾਇਦ ਇਹਨਾਂ ਦੀ ਤਰੱਕੀ ਦਾ ਕਾਰਨ ਹੀ ਇਹ ਹੈ ਕਿ ਇਹਨਾਂ ਨੇ ਬੜਾ ਨਾਮ ਇਸ ਇਲਾਕੇ ਦੇ ਵਿੱਚ ਇਸੇ ਕਰਕੇ ਹੀ ਜਿੱਤਿਆ ਕਿ ਇਹਨਾਂ ਦੇ ਘਰ। ਇਹ ਸਾਰਾ ਕੁਝ ਤਾਂ ਹੋ ਸਕਦਾ ਜੇਕਰ ਆਪਣੇ ਪਰਿਵਾਰਕ, ਭਾਵੇਂ ਕਿ ਸਾਡੇ ਇਸ ਘਰ ਦੇ ਹੈੱਡ ਸਰਦਾਰ ਰੂਪ ਸਿੰਘ ਹੁਣੀ ਹੈ, ਸਾਡਾ ਕੋਈ ਵੀ ਮਸਲਾ ਹੋਵੇ ਪਹਿਲਾਂ ਅਸੀਂ ਆਪ ਵੰਡਾਉਣ ਆਏ ਹਾਂ, ਕਿਉਂਕਿ ਜਦੋਂ ਕੋਈ ਇਨਸਾਨ ਕਿਸੇ ਕੋਲ ਆਉਂਦਾ ਹੈ ਤਾਂ ਉਹਦਾ ਦੁੱਖ ਘੱਟ ਜਾਂਦਾ ਹੈ। ਤੋ ਹੋਣਾ ਤਾਂ ਉਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੈ। ਤੋ ਇੰਨੀਆਂ ਕੁ ਗੱਲਾਂ ਮੈਂ ਕਹਿੰਦਾ ਹੋਇਆ ਖਿਮਾ ਦਾ ਜਾਗ ਚੁੱਕਾਂ ਅਤੇ ਮੈਂ ਹੁਣ ਸਟੇਟ ਸਕੱਤਰ ਨੂੰ ਕਹਾਂਗਾ ਕਿ ਉਹ ਬਾਕੀ ਬੁਲਾਰਿਆਂ ਨੂੰ ਵੀ ਜਿਹੜੇ ਵੀ ਚਾਹੁਣ, ਕਿਉਂਕਿ ਦੁੱਖ 'ਚ ਤਾਂ ਬੇਨਤੀ ਕਰਦਾ ਕਿ ਸਾਡੇ ਕੋਲ 3-4 ਹੀ ਬੁਲਾਰੇ ਆ ਅਤੇ ਕਿਰਪਾ ਕਰਕੇ ਇਸ ਤਰ੍ਹਾਂ ਹੀ ਤੁਸੀਂ ਬੈਠੇ ਰਹੋ। ਸਭ ਤੋਂ ਪਹਿਲਾਂ ਬੇਨਤੀ ਕਰਦਾ ਮੈਡਮ ਨਵਜੋਤ ਕੌਰ ਚੱਬਾ ਜੀ, ਬਹੁਤ ਹੀ ਉੱਘੇ ਵਕੀਲ ਨੇ ਸਾਡੇ ਇਲਾਕੇ ਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਵਿਛੜੀ ਰੂਹ ਨੂੰ 2 ਮਿੰਟ ਵਾਸਤੇ ਸ਼ਰਧਾ ਦੇ ਫੁੱਲ ਭੇਟ ਕਰਨ। ਸੰਗਤ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਭੈਣ ਹਰਜੀਤ ਕੌਰ ਹੁਣਾਂ ਦੇ ਆਤਮਾ ਦੀ ਸ਼ਾਂਤੀ ਵਾਸਤੇ ਭੋਗ 'ਚ ਅੱਜ ਅਸੀਂ ਸਾਰੇ ਸ਼ਾਮਿਲ ਹੋਏ ਹਾਂ ਔਰ ਮੈਨੂੰ ਬੜਾ ਦੁੱਖ ਹੋ ਰਿਹਾ ਇਹ ਕਹਿੰਦੇ ਆ ਕਿ 10 ਦਿਨ ਪਹਿਲਾਂ 15 ਦਿਨ ਪਹਿਲਾਂ ਇਹੋ ਹੀ ਪਰਿਵਾਰ ਪਲੈਨ ਕਰ ਰਿਹਾ ਸੀ ਔਰ ਮੈਨੂੰ ਫੋਨ ਕੀਤਾ ਕਿ ਇੱਕ ਰਿਸ਼ਤਾ ਆਇਆ ਡਾਇਮੰਡ ਵਾਸਤੇ ਅਤੇ ਉਹਦੇ ਲਈ ਤੁਸੀਂ ਦੱਸੋ ਕਿ ਇਹ ਕਰ ਲਈਏ ਕਿ ਨਾ ਕਰ ਲਈਏ। ਔਰ ਬੜਾ ਹੀ ਖੁਸ਼ੀ ਭਰਿਆ ਮਾਹੌਲ ਸੀਗਾ ਇਸ ਘਰ ਦੇ ਵਿੱਚ। ਕਦੀ ਸੋਚਿਆ ਵੀ ਨਹੀਂ ਸੀਗਾ ਕਿ ਜਿਹੜਾ ਵਿਆਹ ਦੀ ਅਸੀਂ ਤਿਆਰੀ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਅੱਜ ਇਸ ਦਿਨ ਲਈ ਇਕੱਠੇ ਹੋਣਾ ਪਵੇਗਾ।
ਔਰ ਬਹੁਤ ਦੁੱਖ ਹੋਇਆ। ਅਚਾਨਕ ਉਹਨਾਂ ਦੀ ਮੌਤ ਹੋ ਗਈ, ਜਿਹੜੀ ਪਰਿਵਾਰ ਦੇ ਲਈ ਬਹੁਤ ਵੱਡਾ ਸਦਮਾ। ਤੁਸੀਂ ਅੱਜ ਸਾਰੇ ਇਸ ਦੁੱਖ ਨੂੰ ਮਨਾਉਣ ਲਈ ਇਕੱਠੇ ਹੋਏ ਹੋ। ਔਰ ਡਾਇਮੰਡ ਸਤਵੀਰ ਸਿੰਘ ਡਾਇਮੰਡ ਉਹਦਾ ਨਾਮ ਹੈ, ਔਰ ਡਾਇਮੰਡ ਵਾਕਿਆ ਹੀ ਡਾਇਮੰਡ ਹੈ। ਮੇਰੇ ਬਹੁਤ ਸਾਰੇ ਹੋਰ ਜੂਨੀਅਰਸ ਨੇ, ਉਹਨਾਂ ਦੇ ਵਿੱਚੋਂ ਇਹ ਸਭ ਤੋਂ ਪਿਆਰਾ ਬੱਚਾ ਇਸ ਕਰਕੇ ਵੀ ਹੈ ਕਿ ਇਹ ਮਿੱਠ ਬੋਲੜਾ ਬਹੁਤ ਹੈ। ਔਰ ਮੈਂ ਹਮੇਸ਼ਾ ਇਹ ਸੋਚਦੀ ਹੁੰਦੀ ਹਾਂ ਕਿ ਕੋਈ ਬੱਚਾ ਅਗਰ ਗਲਤ ਜਾ ਰਿਹਾ ਹੈ, ਸੁਸਾਇਟੀ ਦੇ ਵਿੱਚ ਕੋਈ ਨੁਕਸਾਨ ਕਰ ਰਿਹਾ ਹੈ, ਅਗਰ ਉਹਦੀ ਭਾਸ਼ਾ ਗਲਤ ਹੈ, ਤਾਂ ਕਿਤੇ ਨਾ ਕਿਤੇ ਉਹਦੇ ਪਰਿਵਾਰ ਦੇ ਵਿੱਚ ਉਹਦੇ ਮਦਰ ਦੇ ਵੱਲੋਂ ਉਹਨੂੰ ਚੰਗੇ ਸੰਸਕਾਰ ਨਹੀਂ ਮਿਲੇ। ਪਰ ਡਾਇਮੰਡ ਇਹਦਾ ਬਿਲਕੁਲ ਹੀ ਜਿਹੜਾ ਉਲਟਾ ਰੂਪ ਹੈ, ਉਹਨੂੰ ਆਪਣੀ ਮਾਤਾ ਕੋਲੋਂ ਇੰਨੇ ਕੁ ਚੰਗੇ ਸੰਸਕਾਰ ਮਿਲੇ ਨੇ ਕਿ ਇੱਕ ਉਹਦਾ ਮਿੱਠ ਬੋਲਣਾ ਹੋਣਾ, ਸਹਿਜ ਹੋਣਾ, ਔਰ ਔਰਤ ਦਾ ਸਤਿਕਾਰ ਉਹਦੇ ਮਨ 'ਚ ਬਹੁਤ ਜ਼ਿਆਦਾ ਹੈ। ਇਹ ਜਦੋਂ ਵੀ ਮੈਂ ਉਹਨਾਂ ਕਦੀ ਕਿਸੇ ਵੀ ਵਿਸ਼ੇ 'ਤੇ ਗੱਲ ਕਰਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਉਹਦੀ ਅਪਰੋਚ ਜਿਹੜੀ ਹੈ ਸੁਸਾਇਟੀ ਦੇ ਪ੍ਰਤੀ, ਪਰਮਾਤਮਾ ਦੇ ਪ੍ਰਤੀ, ਔਰਤ ਦੇ ਪ੍ਰਤੀ, ਜੋ ਸਾਡੇ ਗੁਰੂ ਮਹਾਰਾਜ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸੰਸਕਾਰ ਬਖਸ਼ੇ ਨੇ, ਇੰਨ ਬਿੰਨ ਉਹਦੇ ਮੁਤਾਬਕ ਉਹਦੀ ਸੋਚ ਇੰਨੀ ਖੂਬਸੂਰਤ ਹੈ, ਇੰਨੀ ਵਧੀਆ ਸੋਚ ਹੈ। ਔਰ ਮੈਂ ਇਸ ਬੱਚੇ ਦੇ ਲਈ ਦੁਆ ਕਰਦੀ ਹਾਂ ਕਿ ਉਹ ਜ਼ਿੰਦਗੀ 'ਚ ਬਹੁਤ ਸਾਰੀ ਤਰੱਕੀ ਕਰੇ, ਕਿਉਂਕਿ ਉਹਦੀ ਮਾਤਾ ਨੇ ਉਹਨੂੰ ਬਹੁਤ ਅੱਛੇ ਸੰਸਕਾਰ ਦਿੱਤੇ ਨੇ। ਸੋ ਮੈਂ ਬੀਬੀ ਹਰਜੀਤ ਕੌਰ ਹੋਣਾ ਦੀ ਜਿਹੜੀ ਕਮੀ ਪੂਰੀ ਤਾਂ ਨਹੀਂ ਕਰ ਸਕਦੀ, ਪਰ ਮੈਂ ਸਾਧ ਸੰਗਤ ਨੂੰ ਇਹ ਪ੍ਰੋਮਿਸ ਕਰਦੀ ਹਾਂ ਕਿ ਇਸ ਬੱਚੇ ਦੀ ਤਰੱਕੀ ਵਾਸਤੇ ਜੋ ਕੁਛ ਵੀ ਵੱਧ ਤੋਂ ਵੱਧ ਮੈਂ ਯੋਗਦਾਨ ਪਾ ਸਕਦੀ ਹਾਂ, ਤਾਂ ਕਿ ਇਹ ਨਿਖਰ ਕੇ ਸਹੀ ਰੂਪ 'ਚ ਡਾਇਮੰਡ ਬਣ ਕੇ ਇੱਕ ਚੰਗੇ ਉੱਘੇ ਵਕੀਲ ਦੇ ਤੌਰ 'ਤੇ ਸਮਾਜ ਦੀ ਸੇਵਾ ਕਰ ਸਕੇ। ਸੋ ਉਹ ਯੋਗਦਾਨ ਮੈਂ ਆਪਣੇ ਤਰਫੋਂ ਜੋ ਵੀ ਪਾ ਸਕਦੀ ਮੈਂ ਪਾਵਾਂਗੀ, ਮੈਂ ਇਹਨੂੰ ਸਿਖਾਵਾਂਗੀ ਔਰ ਅੱਛਾ ਇੱਕ ਵਕੀਲ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਉਹਦੇ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਵੀ ਚਾਹੀਦਾ ਹੈਗਾ। ਸੋ ਸਾਧ ਸੰਗਤ ਦੇ ਵਿੱਚ ਬੈਠੇ ਸਾਡੇ ਬਾਹਰ ਦੇ ਪ੍ਰਧਾਨ ਢਿੱਲੋਂ ਸਾਹਿਬ, ਸਾਬਕਾ MLA ਸਾਹਿਬ ਵਿਰਸਾ ਸਿੰਘ ਜੀ ਬਟੋਆ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਜੋ ਇੱਥੇ ਹਾਜ਼ਰ ਨੇ, ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਾਹਿਬ ਬਸੰਤ ਸਿੰਘ ਹੋਣਾ ਦੇ ਪਰਿਵਾਰ ਦੇ ਨਾਲ ਦੁੱਖ ਮਨਾਉਣ ਲਈ ਆਏ ਨੇ। ਔਰ ਇਸ ਸ਼ਬਦਾਂ ਦੇ ਨਾਲ ਮੈਂ ਇਜਾਜ਼ਤ ਲੈਂਦੀ ਹਾਂ। ਸਾਬਕਾ MLA ਸਰਦਾਰ ਵਿਰਸਾ ਸਿੰਘ ਬਟੋਹਾ ਜੀ, ਹਲਕਾ ਕੇਮਕਰਨ, ਉਹ ਆਉਣ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ 2 ਮਿੰਟ ਵਾਸਤੇ। ਪਵਿੱਤਰ ਅਤੇ ਪਾਵਣ ਹਜ਼ੂਰੀ ਅੰਦਰ ਸਾਡੀ ਭੈਣ ਬੀਬੀ ਹਰਜੀਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਗੁਰੂ ਰੂਪ ਸਾਹਿਬ ਸਿੰਘ ਜੀ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਰਿਵਾਰ ਜਿਹਨੂੰ ਸਤਿਗੁਰੂ ਨੇ ਸਾਰੀਆਂ ਖੁਸ਼ੀਆਂ ਦਿੱਤੀਆਂ, ਕਿਸੇ ਵੀ ਪੱਖੋਂ ਥੋੜ ਨਹੀਂ, ਨੇਕ ਕਮਾਈ ਕੀਤੀ ਹੈ, ਜਾਇਦਾਦ ਪੱਖੋਂ ਕੋਈ ਕਮੀ ਨਹੀਂ। ਔਰ ਬੱਚੇ ਵੀ ਅਜਿਹੇ ਹੋਣਹਾਰ ਦਿੱਤੇ ਨੇ, ਬੱਚੇ ਵੀ ਇੱਕ ਜਾਇਦਾਦ ਹੁੰਦੇ ਨੇ, ਉਹਨਾਂ ਦੇ ਉੱਤੇ ਜਿੰਨਾ ਮਾਣ ਕਰੀਏ ਉਹਨਾਂ ਥੋੜ੍ਹਾ। ਪਰ ਕਦੇ ਸੋਚਿਆ ਨਹੀਂ ਸੀ ਕਿ ਹੱਸਦਾ ਵੱਸਦਾ ਪਰਿਵਾਰ, ਪਰ ਸਾਡੀ ਭੈਣ ਜਿਹੜੀ ਅਜਿਹਾ ਸਦਮਾ ਦੇ ਕੇ ਜਾਊ ਕਿ ਜਿਹੜਾ ਨਾ ਭੁੱਲਣ ਵਾਲਾ। ਇਹ ਪਰਿਵਾਰ ਜਿਹਦੇ ਨਾਲ ਆਪਣੀ ਸਾਰਿਆਂ ਦੀ ਸਾਂਝ, ਹਰੇਕ ਨੇ ਇਸ ਪਰਿਵਾਰ ਨੂੰ ਨੇੜਿਓਂ ਦੇਖਿਆ ਹੋਏਗਾ।
ਕਿ ਪਰਿਵਾਰ ਕਿਸ ਸੁਭਾਅ ਦਾ ਮਾਲਕ ਹੈ, ਇਹ ਕਿਸ ਤਰ੍ਹਾਂ ਪਰਿਵਾਰ 'ਚ, ਸਮਾਜ 'ਚ, ਲੋਕਾਂ 'ਚ ਕਿਵੇਂ ਵਿਚਰਦੇ ਨੇ, ਇਹ ਸਮਰੱਥਾ ਦੇ ਮਾਲਕ ਨੇ ਅਤੇ ਸਤਿਗੁਰੂ ਨੇ ਇਸ ਪੱਖੋਂ ਕੋਈ ਕਸਰ ਨਹੀਂ ਛੱਡੀ। ਗੁਰੂ ਦੇ ਹੁਕਮ ਦੇ ਅੰਦਰ ਰਹਿ ਕੇ ਜ਼ਿੰਦਗੀ ਬਤੀਤ ਕਰਨ ਵਾਲਾ ਪਰਿਵਾਰ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਪਰਿਵਾਰ, ਹਰ ਪੱਖ ਤੋਂ ਹੀ ਇਸ ਪਰਿਵਾਰ ਨੇ ਮੱਲਾਂ ਮਾਰੀਆਂ। ਪਰ ਸਾਡੇ ਬਜ਼ੁਰਗ, ਸਾਡੇ ਮਾਤਾ ਜੀ ਇਸ ਪਰਿਵਾਰ 'ਚ ਸਭ ਤੋਂ ਵੱਡੇ ਨੇ, ਔਰ ਸਰਦਾਰ ਬਸੰਤ ਸਿੰਘ ਜੀ ਆਪਾਂ ਸਾਰੇ ਜਾਣਦੇ ਕਿ ਕਿਵੇਂ ਉਹਨਾਂ ਨੇ ਇਸ ਪਰਿਵਾਰ ਦੀ ਤਰੱਕੀ ਵਾਸਤੇ ਆਪਣੇ ਵੱਡੇ ਭਰਾਵਾਂ ਦੇ ਹੁਕਮ ਦੇ ਅੰਦਰ ਰਹਿ ਕੇ, ਅਤੇ ਮੈਨੂੰ ਸਰਦਾਰ ਰੂਪ ਸੋਹਰੀ ਕਹਿੰਦੇ ਸੀ ਕਿ ਚਾਹੇ ਉਮਰ 'ਚ ਮੈਂ ਵੱਡਾ ਹਾਂ ਪਰ ਮੈਂ ਕਦੇ ਬਸੰਤ ਸਿੰਘ ਦੀ ਮੋੜੀ ਨਹੀਂ। ਅਤੇ ਸਰਦਾਰ ਬਸੰਤ ਸਿੰਘ ਨੇ ਵੀ ਕਦੇ ਜ਼ਿੰਦਗੀ 'ਚ ਅਜਿਹਾ ਕਦਮ ਨਹੀਂ ਚੁੱਕਿਆ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਘਾਟ ਆਉਂਦੀ ਹੋਵੇ ਪਰਿਵਾਰ ਨੂੰ, ਜਾਂ ਸਰਦਾਰ ਰੂਪ ਸਿੰਘ ਹੋਰਾਂ ਨੂੰ, ਜਾਂ ਸਾਂਝ ਰੱਖਣ ਵਾਲਿਆਂ ਨੂੰ ਨਮੋਸ਼ੀ ਆਉਂਦੀ ਹੋਵੇ। ਯੂਪੀ ਦੇ ਵਿੱਚ ਜਾ ਕੇ ਜਿਸ ਹੌਸਲੇ ਦੇ ਨਾਲ, ਜਿਸ ਮੁਸ਼ਕਤ ਦੇ ਨਾਲ ਸਰਦਾਰ ਬਸੰਤ ਸਿੰਘ ਨੇ ਜਾਇਦਾਦ ਬਣਾਈ ਹੈ, ਕਮਾਈ ਕੀਤੀ ਹੈ, ਤੇ ਉਹ ਪਰਿਵਾਰ ਦੇ ਸਮੁੱਚੇ ਦੀ ਉਹਦੇ 'ਚ ਬੜੀ ਵੱਡੀ ਕੰਟਰੀਬਿਊਸ਼ਨ ਹੈ, ਬੜੀ ਵੱਡੀ ਦੇਣ ਹੈ। ਪਰ ਸਭ ਤੋਂ ਵੱਡੀ ਦੇਣ ਹੈ ਸਾਡੀ ਭੈਣ ਹਰਜੀਤ ਕੌਰ ਜੀ, ਜਿਹਨੇ ਕਦੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਯੂਪੀ ਕਿਉਂ ਰਹਿੰਦੇ ਜੇ, ਤੁਸੀਂ ਇਕੱਲਿਆਂ ਨਹੀਂ, ਇਹ ਸਾਰਾ ਕੁਛ ਆਪਣੇ ਮੋਢਿਆਂ 'ਤੇ ਕਿਉਂ ਚੁੱਕਿਆ ਹੋਇਆ। ਔਰ ਪਰਿਵਾਰ ਦੀ ਸੇਵਾ ਕਰਨੀ, ਵੱਡਿਆਂ ਦੀ ਸੇਵਾ ਕਰਨੀ, ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ, ਜਿਵੇਂ ਸਾਡੀ ਭੈਣ ਨਵਜੋਤ ਕੌਰ ਚੱਬਾ ਜੀ ਜ਼ਿਕਰ ਕਰਕੇ ਗਏ ਨੇ, ਔਰ ਇਸ ਪਰਿਵਾਰ ਦੇ ਬੱਚਿਆਂ ਨਾਲ ਵੀ ਆਪਣਾ ਵਾਹ ਪੈਂਦਾ। ਮੇਰੇ ਤਾਂ ਇਸ ਪਰਿਵਾਰ ਦੇ ਨਾਲ ਇੱਕ ਤਰ੍ਹਾਂ ਦੀ ਪਰਿਵਾਰਕ ਸਾਂਝ ਹੈ। ਆਪਣੀ ਭੈਣ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਵੀ ਖਾਂਦੇ ਰਹੇ, ਬੜੀ ਕਿਰਪਾ ਇਸ ਪਰਿਵਾਰ 'ਤੇ, ਪਰ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸੰਕੀ 'ਚ, ਇਹ ਸਭ ਉਹਦੀ ਖੇਡ ਹੈ। ਇਹ ਰੂਪ ਬਸੰਤ ਦੀ ਜੋੜੀ, ਰੂਪ ਬਸੰਤ ਕਿਸੇ 'ਤੇ ਸੁਣੇ ਸੀ, ਉਹ ਭਰਾਵਾਂ ਦੀ ਜੋੜੀ 'ਤੇ ਸੁਣੀ ਸੀ, ਪਰ ਇਹ ਰੂਪ ਬਸੰਤ ਦੀ ਜੋੜੀ ਜਿਹੜੀ ਹੈ ਵਾਕਿਆ ਉਸੇ ਤਰ੍ਹਾਂ ਹੀ ਇਹਨਾਂ ਭਰਾਵਾਂ ਦੀ ਸਾਂਝ ਹੈ। ਉਹ ਡਾਇਮੰਡ ਦੀ ਗੱਲ ਚੱਲੀ, ਅੱਜ ਦੇ ਜ਼ਮਾਨੇ ਦੇ ਬੱਚੇ ਦੇਖੇ ਨੇ, ਉਹਨਾਂ ਦਾ ਚਾਲ ਚੱਲਣ ਦੇਖੀ ਦਾ, ਉਹਨਾਂ ਦੀ ਤੋਰ ਦੇਖੀ ਦੀ, ਉਹਨਾਂ ਦੀ ਗ੍ਰਿਫਤਾਰ ਦੇਖੀ ਦੀ, ਉਹਨਾਂ ਦੀ ਗੁਫਤਾਰ ਦੇਖੀ ਦੀ ਹੈ, ਅਤੇ ਕਈ ਵਾਰ ਦੁੱਖ ਹੁੰਦਾ। ਪਰ ਸਾਹਿਬ ਬਸੰਤ ਸਿੰਘ ਦਾ ਇਹ ਹੋਣ ਹਰ ਬੱਚਾ ਜਿਹਨੂੰ ਸਾਡੀ ਭੈਣ ਨੇ ਚੰਗੀ ਸਿੱਖਿਆ ਦਿੱਤੀ ਹੈ, ਚੰਗੇ ਸੰਸਕਾਰ ਦਿੱਤੇ ਨੇ,
ਤੇ ਰੱਬ ਨਜ਼ਰ ਨਾ ਲਏ ਤੇ ਜਿੰਨਾ ਵੀ ਮਾਣ ਕਰੀਏ ਉਹਨਾਂ ਥੋੜ੍ਹਾ। ਬਹੁਤ ਪਿਆਰਾ ਬੱਚਾ, ਕੀਤਾ ਕੁਛ ਨਹੀਂ ਜਾ ਸਕਦਾ, ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ। ਪਰਿਵਾਰ ਨੂੰ ਬਹੁਤ ਵੱਡੀ ਘਾਟ ਹੈ, ਬਹੁਤ ਵੱਡੀ। ਸਤਿਗੁਰੂ ਰਹਿਮਤ ਕਰਨ। ਪਰ ਅਜੀਬ ਕਿੱਸਾ ਵੀ ਕਿ ਕਦੇ ਪਰਿਵਾਰ ਇਸ ਤਰ੍ਹਾਂ ਕਦੇ ਇਕੱਠਾ ਹੋਇਆ ਹੀ ਨਹੀਂ। ਜਿਸ ਰੂਪ 'ਚ ਜਿਸ ਦਿਨ ਭੈਣ ਸਾਡੀ ਨੇ ਅਕਾਲ ਚਲਾਣਾ ਕੀਤਾ ਹੈ, ਸਭ ਸੰਸੋ ਹੋਰੀ ਹੋਰ ਰਿਸ਼ਤੇਦਾਰ ਵੀ ਭੈਣ ਭਰਾ ਸਾਰੇ ਕੁਦਰਤੀ ਇਕੱਠੇ ਸੀ, ਨਹੀਂ ਤਾਂ ਸਾਰਾ ਪਰਿਵਾਰ ਸਾਰਾ ਰੂਪ ਸੋ ਹੋਰੀ ਆਪਣੀ ਸੇਵਾ 'ਚ ਚਲੇ ਜਾਂਦੇ ਨੇ, ਬੱਚੇ ਜਿਹੜੇ ਨੇ ਕਾਰੋਬਾਰਾਂ 'ਤੇ ਚਲੇ ਜਾਂਦੇ ਨੇ। ਬਹੁਤ ਘੱਟ ਪਰਿਵਾਰ ਜਿਹੜਾ ਆ ਦਿਨ ਦੇ ਟਾਈਮ ਘਰੇ ਹੁੰਦਾ। ਇਸ ਤਰ੍ਹਾਂ ਕਿਹੜੀ ਵੱਖਰੀ ਵਰਤਣੀ ਸੀ ਸਮੁੱਚੇ ਪਰਿਵਾਰ ਦੇ ਸਾਹਮਣੇ। ਅਜੇ ਕੋਈ ਰਹਿਣੀ ਤਾਂ ਸੋਚੀਦਾ ਕਿ ਘਰੇ ਹੁੰਦੇ ਕੁਛ ਕਰ ਲੈਂਦੇ, ਭੱਜ ਨੱਠ ਕਰ ਲੈਂਦੇ, ਪਰ ਹੱਥਾਂ ਦੇ ਵਿੱਚ ਹੀ ਸਾਡੀ ਭੈਣ ਨਿਕਲ ਗਈ। ਸੋ ਸਤਿਗੁਰੂ ਰਹਿਮਤ ਕਰਨ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪਿੱਛੇ ਸਾਰੇ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਜਰਨ ਦੀ ਸਤਿਗੁਰੂ ਸਮਰੱਥਾ ਅਤੇ ਸ਼ਕਤੀ ਪ੍ਰਦਾਨ ਕਰਨ। ਸੋ ਇਹਨਾਂ ਸ਼ਬਦਾਂ ਨਾਲ ਹੀ ਆਪਣੀ ਭੈਣ ਨੂੰ ਦਿਲ ਦੀਆਂ ਗਹਿਰਾਈਆਂ 'ਚੋਂ ਸ਼ਰਧਾ ਦੇ ਫੁੱਲ ਭੇਂਟ ਕਰਦਾ ਕਿ ਮੈਂ ਤਾਂ ਜੱਜ ਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿੰਦਰ ਸਿੰਘ ਪ੍ਰਧਾਨ ਮਾਰਕੀਟ ਕਮੇਟੀ ਭਿੱਖੀਵਿੰਡ, ਉਹ ਵੀ ਇੱਥੇ ਆਉਣ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ 2 ਮਿੰਟ ਵਾਸਤੇ। ਅੱਜ ਇੰਨੀ ਦੁਖਦਾਈ ਘੜੀ ਹੈ, ਉਹ ਬਿਆਨ ਕਰਨ ਵਾਲੀ ਗੱਲ ਨਹੀਂ। ਮੇਰੇ ਵੀਰ ਬਸਵੰਤ ਸਿੰਘ ਨਾਲ ਬਹੁਤ ਹੀ ਜ਼ਿਆਦਾ ਪਰਿਵਾਰ ਨਾਲ ਟਕਾਇਆ, ਪਰ ਉਹ ਪਰਮਾਤਮਾ ਦਾ ਹੁਕਮ ਆ, ਉਹਨੂੰ ਕੌਣ ਮੋੜ ਸਕਦਾ। ਬਾਕੀ ਪਰਿਵਾਰ ਵਾਸਤੇ ਜਿੰਨੇ ਵੀ ਇੱਥੇ ਸੱਜਣ ਆਏ ਆ, ਸਾਰੇ ਹੀ ਪਰਿਵਾਰ ਵਾਸਤੇ ਮੇਰੇ ਤੋਂ ਵੱਧ ਜਾਂਦੇ ਆ। ਇਹੋ ਜਿਹੇ ਪਰਿਵਾਰ ਉਹ ਵਿਰਲੇ ਵਿਰਲੇ ਹੀ ਮਿਲਦੇ ਨੇ। ਇੰਨਾ ਪਿਆਰ ਸਾਰੇ ਪਰਿਵਾਰ ਦਾ, ਇੰਨਾ ਅੱਟ ਕਿਸੇ ਕਰਮਾਂ ਵੇਲੇ ਦਾ ਹੀ ਨਿਰਦਾ ਹੈ। ਇਹ ਜਿਹੜੀ ਸਾਡੀ ਭੈਣ ਹਰਜੀਤ ਕੌਰ ਆ, ਉਹਦੇ ਨਾਲ ਤਾਂ ਮੈਨੂੰ 2-3 ਵਾਰ ਮਿਲਣ ਦਾ ਵੀ ਮੌਕਾ ਪ੍ਰਾਪਤ ਹੋਇਆ। ਮੈਂ ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਵਿਚਾਰ ਸੁਣ ਕੇ, ਉਹੋ ਜਿਹੇ ਸੁਭਾਅ, ਇਹੋ ਜਿਹੀਆਂ ਜਨਾਨੀਆਂ ਘਰ ਨੂੰ ਅੱਗੇ ਲਾਉਂਦੇ ਨੇ, ਚੰਗੇ ਕੰਮਾਂ ਵੱਲ ਤੋਰਦੇ ਨੇ। ਬੀਬੀ ਨੇ ਬਹੁਤ ਮਿਹਨਤ ਕੀਤੀ ਆ, ਬਸੰਸੋਂ 2-2 ਮਹੀਨੇ 3-3 ਮਹੀਨੇ ਯੂਪੀ ਦੇ ਚਲੇ ਦਾ ਉਹਨਾਂ ਬੈਠੇ ਆ। ਭੈਣ ਨੇ ਕਦੀ ਨਹੀਂ ਆਖਿਆ ਕਿ ਤੁਸੀਂ ਇਕੱਲੇ ਹੀ ਉੱਥੇ ਰਹਿੰਦੇ ਜੇ ਦੂਜਾ ਕੋਈ ਪਰਿਵਾਰ ਦਾ ਮੈਂਬਰ ਜਾਵੇ। ਉਹਨਾਂ ਕਦੀ ਵੀ ਪਰਿਵਾਰ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ, ਦੂਜੇ ਬੱਚਿਆਂ ਨੂੰ ਵੀ ਆਪਣੇ ਹੀ ਉਹ ਬੱਚੇ ਸਮਝਦੇ ਸੀ। ਇੰਨੀ ਮਿਹਨਤ ਕੀਤੀ ਆ, ਮੇਰੇ ਕੋਲ ਕੋਈ ਲਫ਼ਜ਼ ਨਹੀਂ ਵੀ ਮੈਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕਾਂ, ਕਿਉਂ ਉਹਨਾਂ ਦੀ ਸਿੱਖਿਆ ਦੇ ਉਹੋ ਜਿਹੀ ਸਿੱਖਿਆ ਹਰ ਇੱਕ ਬੰਦੇ ਕੋਲ ਨਹੀਂ ਹੁੰਦੀ। ਇੰਨੀਆਂ ਹੀ ਗੱਲਾਂ ਨਾਲ ਮੈਂ ਖਿਮਾ ਦਾ ਜੱਜ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਸਰਦਾਰ ਪਰਮਜੀਤ ਸਿੰਘ ਜੀ ਟੀਟੂ ਬਾਜਵਾ, ਉਹ ਇੱਥੇ ਆਉਣ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ 2 ਮਿੰਟ ਵਾਸਤੇ। ਗੁੜੀ 'ਚ ਬੈਠੀ ਗੁਰੂ ਪਿਆਰੀ ਸਾਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਸਤਿਕਾਰਯੋਗ
ਭੈਣ ਜੀ ਹਰਜੀਤ ਕੌਰ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਹਾਂ ਔਰ ਸਾਡਾ ਇਹ ਪਰਿਵਾਰ ਨਾਲ ਵਾਹ ਪਿਆ। ਯੂਪੀ ਇਲੈਕਸ਼ਨ 'ਚ ਅਸੀਂ ਗਏ ਸਰਦਾਰ ਬਰਸੰਤ ਸਿੰਘ ਜੀ ਕੋਲ, ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੇ। ਸਾਡੇ ਜਿਹੜੇ MLA ਸਾਹਿਬ ਕਾਂਗਰਸ ਪਾਰਟੀ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਲਕੇ ਤੋਂ, ਉਹਨਾਂ ਦੇ ਭਰਾ ਨੇ ਨਾਲ ਗੁਰਭਾਈ ਵੀ ਹੈ ਔਰ ਅਸੀਂ ਦੱਸਦੇ ਨੇ ਇਹਨਾਂ ਕੋਲ ਰਹੇ ਹਾਂ ਸਰਦਾਰ ਬਸੰਤ ਸਿੰਘ ਹੋਰਾਂ ਕੋਲੋਂ, ਇਹਨਾਂ ਇੱਕ ਵਾਰੀ ਮੱਥੇ ਨਹੀਂ ਵੱਟ ਪਾਏ ਔਰ ਇੰਨਾ ਮਾਣ ਸਤਿਕਾਰ ਦਿੱਤਾ, ਸਾਨੂੰ ਇੰਝ ਲੱਗੇ ਵੀ ਜਿੱਦਾਂ ਇਹ ਸਾਡੇ ਭਰਾ ਹੀ ਹੁੰਦੇ ਆ। ਔਰ ਇਸੇ ਕਰਕੇ ਅਸੀਂ ਬੜੀ ਵਾਰੀ ਇਹਨਾਂ ਗੱਲਾਂ ਕਿਤੇ ਘਰ ਆਇਓ ਬੜਾ ਜੀ ਕਰਦਾ, ਅਸੀਂ ਭੈਣ ਜੀ ਦੇ ਦਰਸ਼ਨ ਕਰਾਂਗੇ, ਪਰ ਰੱਬ ਨੂੰ ਮਨਜ਼ੂਰ ਅੱਜ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਿਲ ਹੋਣ ਆਏ ਹਾਂ। ਮੇਰੇ ਨਾਲ ਸਰਦਾਰ ਲਖਵਿੰਦਰ ਸਿੰਘ ਜੀ ਚਾਹਲ, ਵਾਈਸ ਚੇਅਰਮੈਨ ਕਿਸਾਨ ਸੈੱਲ ਪੰਜਾਬ, ਉਹ ਵੀ ਆਏ ਆ, ਔਰ ਤੇਜ ਸਿੰਘ ਜੀ ਆਏ ਆ, ਨਿਸ਼ਾਨ ਸਿੰਘ ਜੀ ਆਏ ਆ, ਔਰ ਨਾਲ ਹੀ ਸਰਦਾਰ ਬਰਿੰਦਰ ਸਿੰਘ ਜੀ ਲਾਡੀ ਜਿਹੜੇ MLA ਹਲਕਾ ਸ੍ਰੀ ਹਰਿਮੰਦਪੁਰ ਸੀ, ਉਹਨਾਂ ਦਾ ਵੀ ਬੜਾ ਸਰਦਾਰ ਬਸੰਤ ਸਿੰਘ ਹੋਰਾਂ ਨਾਲ ਪਿਆਰ ਹੈ, ਉਹਨਾਂ ਵੀ ਆਉਣਾ ਸੀ। ਮੈਂ ਉਹਨਾਂ ਵੱਲੋਂ ਵੀ ਭੈਣ ਜੀ ਦੀ ਦੁੱਖ ਦੀ ਘੜੀ 'ਚ ਹਾਜ਼ਰੀ ਲਾਉਂਦਾ। ਮੈਂ ਪਰਮਾਤਮਾ ਅੱਗੇ ਅਰਦਾਸ ਕਰਨਾ, ਇਹ ਸੱਚੇ ਪਾਤਸ਼ਾਹ ਇਹੋ ਜਿਹੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਪਿੱਛੇ ਪਰਿਵਾਰ ਨੂੰ ਭਾਣਾ ਮਨ ਦਾ ਬਲ ਬਖਸ਼ੇ। ਇਹ ਵੋ ਦੱਸਣ ਦੀ ਲੋੜ ਨਹੀਂ, ਜਿਹੜੇ ਡਾਇਮੰਡ ਜੀ ਹੈ ਇਹ ਸਾਰੇ ਭੈਣ ਜੀ ਦੇ ਦਿੱਤੇ ਹੋਏ ਗੁਣ ਨੇ, ਔਰ ਜਿੱਥੇ ਸਰਦਾਰ ਬਸੰਤ ਸਿੰਘ ਜੀ ਰਹਿੰਦੇ ਆ ਉੱਥੇ ਉਹ ਮੇਰੇ ਦਾ ਇਕੱਲਾ ਤੋਂ ਇਕੱਲਾ ਬੰਦਾ ਰਹੇ ਅਤੇ ਉਹਨੂੰ ਵੀ ਰਾਤ ਨੂੰ ਡਰ ਆਉਂਦਾ। ਇਹ ਸਾਰੇ ਜਦੋਂ ਵੀ ਕਿਤੇ ਉਹਨਾਂ ਗੱਲ ਕਰਨੀ ਵੀ ਕਹਿਣਾ ਮੈਨੂੰ ਘਰੋਂ ਬਹੁਤ ਸਹਿਯੋਗ ਮਿਲਦਾ ਔਰ ਸਾਰਾ ਪਰਿਵਾਰ ਮਿਲਦਾ। ਮੈਂ ਚਾਹੁੰਦਾ ਵੀ ਪੰਜਾਬ 'ਚ ਮੇਰਾ ਘਰ ਉਂਗਲੀਆਂ 'ਤੇ ਗਿਣਨ ਵਾਲੇ ਇੱਕ ਦੋ ਹੀ ਪਰਿਵਾਰ ਹੁੰਦੇ ਆ, ਉਹਨਾਂ 'ਚ ਸਰਦਾਰ ਬਸੰਤ ਸਿੰਘ ਦਾ ਪਰਿਵਾਰ ਹੈ। ਮੈਂ ਇੰਨੀਆਂ ਹੀ ਬੇਨਤੀਆਂ ਕਰਦਾ ਕਿ ਮੈਂ ਜਾਚਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਪਿੰਡ ਬੋਵਿੰਡ, ਉਹ ਇੱਥੇ ਆਉਣ ਅਤੇ ਸਿਰਫ 2 ਮਿੰਟ ਵਾਸਤੇ ਸ਼ਰਧਾ ਦੇ ਫੁੱਲ ਪੇਂਟ ਕਰਨ। ਕੱਲ੍ਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਬੀਬੀ ਹਰਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ 71 ਹੋਏ ਗੁਰੂ ਖਾਲਸਾ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਿਆ ਉੱਠ ਚੱਲੇ, ਜਿਉਂ ਜਿਉਂ ਅਹੁਦ ਬਿਹਾਨੀਆਂ। ਅਤੇ ਮਹਾਂਵਾਕਾਂ ਅਨੁਸਾਰ ਬਹੁਤ ਹੀ ਸਤਿਕਾਰਯੋਗ ਬੀਬੀ ਹਰਜੀਤ ਕੌਰ ਜੀ ਨੂੰ ਜਿੰਨੇ ਵੀ ਸਵਾਸ ਉਸ ਪਰਮੇਸ਼ਰ ਨੇ ਦੇ ਕੇ ਇਸ ਮਾਤ ਲੋਕ 'ਤੇ ਭੇਜਿਆ ਸੀ ਉਹਨਾਂ ਨੂੰ ਪੂਰੇ ਕਰਕੇ ਉਹ ਗੁਰੂ ਚਰਨਾਂ ਵਿੱਚ ਜਾ ਬਰਾਜੇ ਨੇ। ਔਰ ਆਪਾਂ ਸਾਰੇ ਹੀ ਇਸ ਪਰਿਵਾਰ ਨਾਲ ਪਿਆਰ ਰੱਖਣ ਵਾਲੇ ਔਰ ਬਹੁਤ ਨੇੜੇ ਦੀ ਸਾਂਝ ਰੱਖਣ ਵਾਲੇ ਬੈਠੇ ਹਾਂ। ਔਰ ਜਿਸ ਤਰ੍ਹਾਂ ਇਸ ਪਿਆਰ ਵਾਰ ਬਾਰੇ ਦੱਸਿਆ ਗਿਆ ਹੈ, ਔਰ ਇਹ ਬੜੀ ਸਤਿਗੁਰ ਦੀ ਰਹਿਮਤ, ਸਤਿਗੁਰ ਦੀ ਕਿਰਪਾ ਹੋਵੇ ਅਤੇ ਤਾਂ ਹੀ ਪਰਿਵਾਰ ਜਿਹੜਾ ਐਡੇ ਵੱਡੇ ਇਕੱਠ ਔਰ ਐਡੀਆਂ ਵੱਡੀਆਂ ਬੁਲੰਦੀਆਂ ਔਰ ਵੱਡੀਆਂ ਵੱਡੀਆਂ ਪਰੇ ਪੰਚਾਇਤਾਂ ਦੇ ਵਿੱਚ ਇੱਕ ਨਾਮਵਰ ਪਰਿਵਾਰ, ਜਿੱਥੇ ਕੋਈ ਫੈਸਲਾ ਕੋਈ ਗੱਲ ਹੋਵੇ ਉੱਥੇ ਸਰਦਾਰ ਰੂਪ ਸੋਹਣੀ, ਸਰਦਾਰ ਬਸੰਤ ਸੋਹਣਿਆਂ ਨੂੰ ਸੱਦਿਆ ਜਾਵੇ। ਔਰ ਮੈਂ ਕਹਿੰਦਾ ਜਿੰਨੀ ਵੀ ਕਿਰਪਾ ਹੈ ਉਸ ਪਰਮੇਸ਼ਰ ਦੀ ਹੈ, ਕਿਉਂਕਿ ਉਸ ਦੀ ਰਜ਼ਾ ਦਾ ਬਿਨਾਂ ਆਪਾਂ ਸਾਰੇ ਹੀ ਜਾਣਦੇ ਹਾਂ ਵੀ ਇੱਕ ਪੱਤਾ ਵੀ ਨਹੀਂ ਹਿਲਦਾ। ਔਰ ਉਸਨੇ ਰਹਿਮਤ, ਉਸਨੇ ਇਹ ਕਿਰਪਾ ਕੀਤੀ ਹੈ, ਪਰਿਵਾਰ ਨੂੰ ਐਡੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਔਰ ਇਹ ਜਿਹੜਾ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਹੈ,
ਸਰਦਾਰ ਬਸੰਤ ਸਿੰਘ ਜੀ ਨੂੰ, ਸਾਡੇ ਛੋਟੇ ਬੇਟੇ ਡਾਇਮੰਡ ਨੂੰ ਸਰਦਾਰ ਰੂਪ ਸਿੰਘ ਹੁਣਾਂ ਨੂੰ ਪਿਆ ਹੈ। ਇਹ ਤਾਂ ਪਰਮੇਸ਼ਰ ਹੀ ਕਿਰਪਾ ਕਰਨ ਇਹ ਇਸ ਘਾਟੇ ਨੂੰ ਪੂਰਾ ਕੀਤਾ ਜਾ ਸਕਦਾ ਹੈ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਜਿਸ ਠਾਕਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰਾ, ਕਿਉਂਕਿ ਆਪਣਾ ਪਰਮੇਸ਼ਰ ਦੇ ਅੱਗੇ ਸਿਰ ਨਵਾਉਣਾ ਹੀ ਬਣਦਾ ਹੈ। ਔਰ ਸਤਿਗੁਰ ਕਿਰਪਾ ਕਰਨ ਮਾਤਾ ਜੀ ਨੂੰ, ਬੀਬੀ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ਬੰਦੀ ਕਹੋ, ਬੌਲ ਨਾ ਭਵਜਲ ਫੇਰਾ। ਸਤਿਕਾਰਯੋਗ ਬੀਬੀ ਜੀ ਨੂੰ ਇਹਨਾਂ ਹੀ ਲਫਜ਼ਾਂ ਦੇ ਨਾਲ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਪਰਮੇਸ਼ੁਰ ਅੱਗੇ ਅਰਦਾਸ ਕਰਦਾ, ਉਹ ਬੀਬੀ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਦਿਨ ਦੁੱਗਣੀ ਔਰ ਰਾਜ ਚੌਗਣੀ ਤਰੱਕੀ ਬਖਸ਼ਣ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਬਾਬਾ ਹਰਮਿੰਦਰ ਸਿੰਘ ਜੀ, ਬੀਬੀ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ। ਬਾਬਾ ਜੀ ਇੱਥੇ ਆਉਣ ਅਤੇ ਵਿਛੜੀ ਰੋਡ ਨੂੰ 2 ਮਿੰਟ ਲਈ ਸ਼ਰਧਾ ਦੇ ਫੁੱਲ ਭੇਟ ਕਰਨ। ਪਰਿਵਾਰ ਦੇ ਨਾਲ ਨਿੱਜੀ ਰਿਸ਼ਤਾ ਰੱਖਦੇ ਹੋਏ, ਨਿੱਜੀ ਸੰਬੰਧ ਰੱਖਦੇ ਹੋਏ ਆਪਾਂ ਬੈਠੇ ਹਾਜ਼ਰੀ ਲਾ ਰਹੇ ਹਾਂ। ਪਰਸੋਂ ਸਵੇਰ ਤੋਂ ਤੁਰਕੀ ਬਾਣੀ ਦੇ ਜਾਪ, ਗੁਰੂ ਕੇ ਕੀਰਤਨੀਆਂ ਨੇ ਕੀਰਤਨੀਆਂ ਹਾਜ਼ਰੀਆਂ, ਅਤੇ ਆਪਾਂ ਬੈਠੇ ਬੈਠੇ ਅੰਦਰੋਂ ਸਾਰੇ ਅਰਦਾਸਾਂ ਕਰ ਰਹੇ ਹਾਂ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ ਹੋਰ ਬੁਲੰਦੀਆਂ, ਚੜ੍ਹਦੀ ਕਲਾ ਬਖਸ਼ੀ। ਇਹ ਅਸੀਸਾਂ ਸੰਗਤ ਵੱਲੋਂ ਤਾਂ ਹੀ ਅੰਦਰੋਂ ਨਿਕਲਦੀਆਂ ਜੇ ਪਰਿਵਾਰ ਦਾ ਕੋਈ ਚੰਗਾ ਰਿਜ਼ਲਟ ਹੋਵੇ, ਚੰਗੇ ਕਾਰਨਾਮੇ ਹੋਣ। ਅਤੇ ਜਿੰਨੇ ਕੁ ਬੁਲਾਰੇ ਕਹਿ ਕੇ ਗਏ, ਮੈਂ ਹੋਰ ਨਾ ਜ਼ਿਆਦਾ ਲੰਬੀ ਵਿਚਾਰ ਦੇ ਵਿੱਚ ਪਵਾਂ। ਇਹ ਜਿਹੜਾ ਸਮਾਂ ਹੈ ਪਿਆਰਿਓ, ਮਹਾਂਪੁਰਸ਼ ਕਹਿੰਦੇ ਜੇ ਕਿਸੇ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਈਏ ਦੁੱਖ ਘਟਦਾ ਹੈ, ਸੁੱਖ ਦੇ ਵਿੱਚ ਸ਼ਾਮਿਲ ਹੋਈਏ ਤਾਂ ਸੁੱਖ ਵੱਧਦਾ ਹੈ। ਇਹ ਦੁੱਖ ਨੂੰ ਘਟਾਉਣ ਦੇ ਲਈ, ਘਾਟੇ ਨੂੰ ਪੂਰਾ ਕਰਨ ਦੇ ਲਈ ਇਹ ਯਾਦ ਬਣ ਜਾਂਦੀ ਹੈ ਕਿ ਇੰਨੀਆਂ ਸੰਗਤਾਂ ਜੁੜੀਆਂ। ਜਦੋਂ ਪਰਿਵਾਰ ਨੂੰ ਚੇਤੇ ਆਉਂਦਾ ਤਾਂ ਫਿਰ ਸੰਗਤ ਸਾਹਮਣੇ, ਜਦੋਂ ਸੰਗਤ ਸਾਹਮਣੇ ਗੁਰੂ ਦੀ ਬਖਸ਼ਿਸ਼ ਸਾਹਮਣੇ, ਦੁੱਖ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਕਈ ਵਾਰੀ ਸਾਡੇ ਅੰਦਰ ਬੜਾ ਵੱਡਾ ਭੁਲੇਖਾ ਕਿ ਇੰਨੀਆਂ ਚੰਗੀਆਂ ਰੂਹਾਂ, ਇੰਨੇ ਚੰਗੇ ਕੰਮ ਕਿਉਂ ਚਲੀਆਂ ਗਈਆਂ। ਬੜੇ ਤਰ੍ਹਾਂ ਦੇ ਇੰਸੀਡੈਂਟ ਸੰਗਤ ਦੇ ਵਿੱਚ ਵਾਪਰਦੇ ਹੈ, ਕਈ ਪਰਿਵਾਰਾਂ ਦਾ ਰੋਣਾ ਧੋਣਾ ਵੱਧ ਜਾਂਦਾ ਹੈ। ਇਸੇ ਤਰ੍ਹਾਂ ਹੀ ਕਪੂਰਥਲੇ ਤੋਂ ਇੱਕ ਪਰਿਵਾਰ, ਹਰ ਮਹੀਨੇ ਸੰਗਰਾਂਦ 'ਤੇ ਬਾਬਾ ਬੁੱਢਾ ਸਾਹਿਬ ਉਹਨਾਂ ਨੇ ਦਰਸ਼ਨ ਕਰਨ ਆਉਣਾ, ਅਤੇ ਕਿਸੇ ਦੀ ਕਾਰ ਲਿਆਏ, ਕਾਰ ਚੋਰੀ ਹੋ ਗਈ, ਮਨ ਦੀ ਗੱਲ ਆ ਲਈ, ਸਰੀਰ ਕਰਕੇ ਉਹ ਬੰਦਾ ਫਿਰ ਹਾਰਟ ਅਟੈਕ ਹੋਇਆ, ਚੜ੍ਹਾਈ ਕਰ ਗਿਆ। ਅਤੇ ਬੀਬੀ ਨੇ ਜਿਹੜੀ ਗਲੀ 'ਚੋਂ ਇਕੱਠੇ ਲੰਘਦੇ ਸੀ ਉਧਰੋਂ ਲੰਘਣਾ ਹੀ ਬੰਦ ਕਰ ਦਿੱਤਾ, ਜੋ ਜੋ ਕਾਰ ਸੀ ਚਿੱਠੀ ਪੱਤਰ ਆਉਣਾ ਬੰਦ, ਸਾਰੇ ਕਾਰ ਵਿਹਾਰ ਕਹਿੰਦੀ ਬੰਦ ਕਰ ਦਿਓ, ਮੈਨੂੰ ਬੜੀ ਪਰੇਸ਼ਾਨੀ ਹੁੰਦੀ, ਮੇਰਾ ਪਤੀ ਕਿਉਂ ਚਲਾ ਗਿਆ। ਇੰਨਾ ਰੋਸ ਮਨ ਦੇ ਵਿੱਚ ਆਇਆ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸੁਪਨੇ ਦੇ ਵਿੱਚ ਉਹਨੂੰ ਦਰਸ਼ਨ ਦਿੱਤੇ। ਕਹਿਣ ਲੱਗੇ ਬੜਾ ਰੋਸ ਹੈ ਤੈਨੂੰ, ਤੇਰਾ ਪਤੀ ਚੜ੍ਹਾਈ ਕਰ ਗਿਆ। ਕਹਿੰਦੀ ਸੁਪਨੇ ਦੇ ਵਿੱਚ ਹੀ ਮੇਰੇ ਸਵਾਲ ਦੇ ਜਵਾਬ ਕਲਗੀਧਰ ਮਹਾਰਾਜ ਨਾਲ ਹੋ ਰਹੇ ਆ। ਮਹਾਰਾਜ ਕਹਿੰਦੇ ਤੈਨੂੰ ਰੋਸ ਬੜਾ ਹੈ। ਕਹਿੰਦੀ ਹਾਂ ਰੋਸ ਤਾਂ ਆ, ਮੇਰਾ ਪਤੀ ਬਹੁਤ ਚੰਗਾ ਸੀ। ਕਹਿੰਦੇ ਮੈਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ
ਅੱਜ ਵੀ ਉਹ ਜਿਉਂਦਾ ਜਾਗਦਾ ਪਰਿਵਾਰ ਹੈ, ਕਪੂਰਥਲੇ 'ਚ ਵੱਸਦਾ ਹੈ, ਦੋ ਬੱਚੇ ਉਸ ਪਰਿਵਾਰ ਦੇ ਅਤੇ ਬੜੇ ਉੱਚੇ ਅਹੁਦਿਆਂ 'ਤੇ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ। ਇਹ ਆਉਣਾ ਜਾਣਾ ਅਤੇ ਪਿਆਰਿਓ ਸਾਡੇ ਦੁਨਿਆਵੀ ਲੋਕਾਂ ਲਈ ਹੈ, ਪਰ ਗੁਰੂ ਦੀਆਂ ਖੇਡਾਂ, ਗੁਰੂ ਦੀਆਂ ਰਤੈਨਤਾਂ ਕੁਝ ਪਿੱਛੇ ਹੋ ਰਹੀ ਹੁੰਦੀਆਂ। ਕਲਗੀਧਰ ਮਹਾਰਾਜ ਕਹਿਣ ਲੱਗੇ, ਜੇ ਚੰਗੇ ਦੀ ਤੈਨੂੰ ਲੋੜ ਹੈ ਤਾਂ ਚੰਗੇ ਦੀ ਸਾਨੂੰ ਵੀ ਲੋੜ ਹੈ। ਕਹਿੰਦੀ ਫਿਰ ਮੈਨੂੰ ਕਲਗੀਧਰ ਕਹਿਣ ਲੱਗੇ, ਅੱਜ ਤੋਂ ਬਾਅਦ ਰੋਣਾ ਧੋਣਾ ਨਾ ਕਰੀ ਅਤੇ ਤੈਨੂੰ ਤੇਰੇ ਪਤੀ ਦੇ ਅਸੀਂ ਦਰਸ਼ਨ ਕਰਵਾ ਦਿੰਦੇ ਹਾਂ, ਮੇਲ ਕਰਾ ਦਿੰਦੇ ਹਾਂ। ਕਹਿੰਦੇ ਫਿਰ ਹੇਮਕੁੰਡ ਸਾਹਿਬ ਦੀ ਧਰਤੀ 'ਤੇ ਹੱਥ ਦੇ ਵਿੱਚ ਝਾੜੂ ਫੜਿਆ ਹੋਇਆ, ਪਿੰਡ ਦੇ ਪਹੁੰਚੇ ਟੰਗੇ ਹੋਏ, ਮੇਰੇ ਪਤੀ ਨੇ ਮੈਨੂੰ ਦਰਸ਼ਨ ਕਰਵਾਇਆ। ਕਹਿੰਦੇ ਕਲਗੀਧਰ ਮੇਰੇ ਨਾਲ ਵਾਅਦਾ ਵੀ ਕਰਕੇ ਗਏ, ਤੇਰਾ ਇੱਕ ਬੇਟਾ ਅਤੇ ਇੱਕ ਬੇਟੀ ਹੈ, ਇਹਨਾਂ ਦੀ ਚਿੰਤਾ ਨਾ ਕਰੀ, ਸਾਰੇ ਕਾਰਜ ਅਸੀਂ ਆਪ ਕਰਾਂਗੇ। ਸੋ ਪਿਆਰਿਓ, ਇਹ ਉਹਦੀ ਰਜ਼ਾ ਵਿੱਚ ਰਹਿ ਕੇ ਜਿੰਨਾ ਕੁ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ, ਔਰ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ, ਜਿੰਨੇ ਵੀ ਇੱਥੋਂ ਇੱਕੀ ਪਿੰਡ ਮੰਡੀ ਦੇ ਅਹੁਦੇਦਾਰ ਕਾਫੀ ਮੈਂ ਦਰਸ਼ਨ ਕਰ ਰਿਹਾ ਬੈਠੇ ਆ, ਹੋਰ ਵੀ ਗੁਰਮੁਖ ਲੂਆਂ, ਪਰ ਭਾਈ ਬਸੰਤ ਸਿੰਘ ਨੇ ਸ਼ਹੀਦ ਭਾਈ ਤਾਰੂ ਸਿੰਘ ਦੀ ਸੇਵਾ ਲਈ ਮੰਡੀ ਦੇ ਵਿੱਚ ਵੀ ਮੋਢੇ ਨਾਲ ਮੋਢਾ ਜੋੜ ਕੇ ਉੱਧਰ ਲਖਨਊ ਦੇ ਇਲਾਕੇ 'ਚ ਵੀ ਸਾਨੂੰ ਨਾਲ ਲੈ ਕੇ ਗਏ। ਜਿਵੇਂ ਗੁਰਮੁਖ ਪਿਆਰੇ ਪਹਿਲਾਂ ਦੱਸ ਕੇ ਗਏ ਸਨ ਕਿ ਉੱਥੇ ਕੋਈ ਸੌਖਾ ਨਹੀਂ ਉਸ ਧਰਤੀ 'ਤੇ ਜਾ ਕੇ ਜਿੱਥੇ ਇਹਨਾਂ ਨੇ ਜੰਗਲਾਂ 'ਚ ਮੰਗਲ, ਇਹ ਪਿੱਛੇ ਪਰਿਵਾਰ ਦੇ ਜੀਆਂ ਦੀ ਜਿਹੜੀ ਵੱਡੀ ਦੇਣ ਹੁੰਦੀ ਹੈ, ਨਹੀਂ ਤਾਂ ਪਰਿਵਾਰ ਦਾ ਮੋਹ ਜਿਹੜਾ ਹੈ ਉਹ ਕਈ ਤਰ੍ਹਾਂ ਦੇ ਬਖੇੜੇ ਪਰਿਵਾਰ 'ਚ ਖੜ੍ਹੇ ਹੋ ਜਾਂਦੇ ਆ। ਸਤਿਗੁਰੂ ਮਿਹਰ ਕਰਨ, ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਜਿਵੇਂ ਖੰਡਪੜ ਸਾਹਿਬ ਦੀਆਂ ਹਾਜ਼ਰੀਆਂ, ਕੀਰਤਨ ਦੀਆਂ ਹਾਜ਼ਰੀਆਂ ਲੱਗੀਆਂ, ਇੱਥੇ ਬੈਠ ਕੇ ਆਪਾਂ ਸਾਰਿਆਂ ਹਾਜ਼ਰੀਆਂ ਲਾਈਆਂ, ਇਹ ਪਾਵਨ ਧਰਤੀ ਸ਼ਹੀਦਾਂ ਦੀ ਧਰਤੀ ਹੈ। ਸ਼ਹੀਦ ਭਾਈ ਤਾਰੂ ਸਿੰਘ ਦੀ, ਧੰਨ ਬਾਬਾ ਦੀਪ ਸਿੰਘ ਦੀ, ਭਾਈ ਜੇਠਾ ਜੀ, ਸਾਰੇ ਪਾਸੇ ਹੀ ਉਹ ਸ਼ਹੀਦਾਂ ਦੀਆਂ ਰਹਿਮਤਾਂ, ਸ਼ਹੀਦਾਂ ਦੀਆਂ ਕਰਾਮਾਤਾਂ ਅਤੇ ਉਹਨਾਂ ਦੀਆਂ ਬਖਸ਼ਿਸ਼ਾਂ, ਸੰਗਤ ਰੂਪੀ ਆਪਾਂ ਸਾਰੇ ਰਲ ਕੇ, ਕਿਉਂਕਿ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਜਦੋਂ ਛੇਵੇਂ ਪਾਤਸ਼ਾਹ ਨੇ ਕੋਈ ਡਿਊਟੀ ਦੇਣੀ, ਮੁੱਖ ਰਾਹੀਂ ਬੋਲਦੇ ਸਨ ਅਤੇ ਉਹਨਾਂ ਦੇ ਕੰਮ ਜਿਹੜੇ ਵੱਡੇ ਵੱਡੇ ਕੰਮ ਸਨੇਹ ਲੱਗ ਜਾਂਦੇ ਸੀ। ਜਦੋਂ ਆਪਾਂ ਮੁੱਖ ਰਾਹੀਂ ਕੋਈ ਸ਼ਬਦ ਜਾਂ ਕਿਸੇ ਤਰ੍ਹਾਂ ਦਾ ਕੋਈ ਬੋਲ ਗੁਰਬਾਣੀ ਦੇ ਰਾਹੀਂ, ਗੁਰੂ ਦੇ ਜਸ ਰਾਹੀਂ ਬੋਲਦੇ ਹਾਂ, ਇਹ ਜਿਹੜੀ ਗੁਰਬਾਣੀ ਪਿਆਰੀ ਸਾਧ ਸੰਗਤ ਜੀ, ਜਿਵੇਂ ਆਪਾਂ ਦਿੱਲੀ ਨੂੰ ਜਾਣਾ ਹੈ, ਸੜਕ 'ਤੇ ਜੇ ਸਿੱਧਾ ਜਾਈਏ ਤਾਂ ਬੜੇ ਕਈ ਵਾਰੀ ਰਸਤੇ 'ਚ ਰੁਕਾਵਟਾਂ ਨੇ, ਜਿਵੇਂ ਜਿਵੇਂ ਗੌਰਮੈਂਟ ਪੁੱਲ ਬਣਾ ਰਹੀ ਹੈ ਤਾਂ ਰਸਤੇ ਸੌਖੇ ਹੁੰਦੇ ਜਾ ਰਹੇ ਆ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕੀਰਤਨ ਦੇ, ਗੁਰਬਾਣੀ ਦੇ, ਸੰਗਤ ਦੇ ਇਕੱਠ ਦੇ ਇਹ ਪੁੱਲ ਬਣਾਏ ਨੇ। ਕਰਮਾਂ ਦਾ ਜਿਹੜਾ ਵਾਧਾ ਘਾਟਾ ਹੈ ਉਹ ਜਿਹੜਾ ਸੰਗਤ ਦੇ ਵਿੱਚ ਆ ਕੇ ਜਾਂ ਗੁਰਬਾਣੀ ਦੇ ਰਾਹੀਂ, ਕੀਰਤਨ ਦੇ ਰਾਹੀਂ ਪੂਰਾ ਹੋ ਜਾਏ। ਸਾਰੇ ਬੜੇ ਪਿਆਰ ਨਾਲ ਸਾਰੀ ਸੰਗਤ ਰੂਪ ਵਿੱਚ ਹਾਜ਼ਰੀ ਲਾਇਓ ਉਸ ਵਿਛੜੀ ਹੋਈ ਆਤਮਾ ਲਈ ਅਤੇ ਪਰਿਵਾਰ ਦੇ ਪਿੱਛੇ ਜੀਆਂ ਲਈ, ਕਿਉਂਕਿ ਪਿੱਛੇ ਜੇ ਇੱਕ 19 ਸਾਲ ਦਾ ਬੱਚਾ ਚੜ੍ਹਾਈ ਕਰ ਗਿਆ, ਸ਼ਹੀਦ ਭਾਈ ਤਾਰੂ ਸਿੰਘ ਦੇ ਸਥਾਨ 'ਤੇ ਇਕੱਲਾ ਇਕੱਲਾ ਬੇਟਾ ਸੀ ਉਹਨਾਂ ਦਾ, ਮਹਾਂਪੁਰਸ਼ਾਂ ਨੇ ਖੰਡਪਾਠ ਕਰਵਾਏ ਭਾਈ ਤਾਰੂ ਸਿੰਘ ਦੇ ਸਥਾਨ 'ਤੇ ਬਾਬਾ ਦੀਪ ਸਿੰਘ ਜੀ ਦੇ, ਅਤੇ ਦਿੱਲੀ ਜਾ ਕੇ ਬੱਚਾ ਫਿਰ ਵੀ ਉਹ ਲਾਸਟ ਸਟੇਜ 'ਤੇ ਕੈਂਸਰ ਸੀ,
ਉਹ ਚੜ੍ਹਾਈ ਕਰ ਗਿਆ ਤੇ ਪਰਿਵਾਰ ਦਾ ਰੋਸ ਸੀ, ਇੰਨੀ ਬਾਣੀ ਪੜ੍ਹੀ ਕੀ ਬਣਿਆ, ਇੰਨਾ ਕੁਝ ਜਪਤਾ ਭਾਈ ਸਾਹਿਬ ਕਰਾਇਆ ਕੀ ਬਣਿਆ। ਭਾਈ ਸਾਹਿਬ ਕਹਿੰਦੇ ਵੀ ਉਦੋਂ ਤੇ ਅਸੀਂ ਨਹੀਂ ਦੱਸਿਆ, ਹੁਣ ਤੁਹਾਨੂੰ ਰਾਜ ਦੇ ਦਿੰਦੇ ਹਾਂ। ਅੱਗੇ ਤੇ ਰਮਾ ਹੀ ਦਿੱਤੀ ਸੀ, ਉਹ ਕਹਿੰਦੇ ਸੀ ਅਸੀਂ ਅਮਰੀਕਾ ਤੱਕ ਇਲਾਜ ਕਰਾਉਣਾ ਹੈ, ਭਾਵੇਂ ਸਾਡਾ 5 ਕਰੋੜ ਲੱਗ ਜਾਵੇ, 10 ਕਰੋੜ ਲੱਗ ਜਾਵੇ। ਇਹ ਜਿਹੜਾ ਬਾਣੀ ਦਾ ਪਾਸਰਾ ਲੈ ਰਹੇ ਪਿਆਰੇ, ਉਹ ਕੀ ਕਰਦਾ ਜੀਵਨ ਦੇ ਵਿੱਚ? ਮਹਾਂਪੁਰਸ਼ ਕਹਿਣ ਲੱਗੇ ਉਸ ਬੱਚੇ ਨੇ ਤੁਹਾਡਾ ਉਹਦੇ ਨਾਲ ਲੇਖਾ ਇਹੋ ਜਿਹਾ ਸੀ, 19 ਸਾਲ ਦੀ ਉਮਰ, ਇੱਕੋ ਇੱਕ ਪੁੱਤਰ ਹੋਵੇ ਤੇ ਜਵਾਨੀ ਦੇ ਵਿੱਚ ਚਲਿਆ ਜਾਵੇ। ਕਹਿੰਦੇ ਪਿਛਲੇ ਜਨਮ ਦਾ ਲੈਣਾ ਦੇਣਾ ਇਹੋ ਜਿਹਾ ਸੀ ਕਿ ਤੁਹਾਡੇ ਹੱਥ ਦੇ ਵਿੱਚ ਉਹਨੇ ਮੰਗਣ ਵਾਲਾ ਠੂਠਾ ਫੜਾ ਕੇ ਜਾਣਾ ਸੀ। ਪਰ ਆਹ ਗੁਰਬਾਣੀ ਦਾ ਜਿਹੜਾ ਉਹ ਆਸਰਾ ਲਿਆ ਹੈ, ਇਸ ਗੁਰਬਾਣੀ ਦੇ ਉਲਟ ਆਸਰੇ ਨੇ ਉਸ ਕਰਮਾਂ ਨੂੰ ਕੱਟ ਦਿੱਤਾ ਜਿਹਦੇ ਕਰਕੇ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਜਾਣੀ ਸੀ। ਹੁਣ ਪਿਆਰਿਓ, ਜਿਹੜਾ ਗੱਡੀਆਂ 'ਤੇ ਚੱਲਦਾ ਹੋਵੇ, ਜਿਹਦੇ ਸ਼ੈਲਰਾਂ ਦੇ ਵਿੱਚ ਚੱਲਦੇ ਹੋਣ, ਜਿਹਨਾਂ ਦਾ ਹੁਕਮ ਚੱਲਦਾ ਹੋਵੇ ਅਤੇ ਹੱਥ ਠੂਠਾ ਆ ਜਾਏ ਅਤੇ ਜਿਉਂਦਾ ਹੀ ਮੌਤ ਵਾਲਾ ਕਰਮ ਬਣ ਜਾਂਦਾ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ ਤੁਰਕੀ ਬਾਣੀ ਨੇ ਤੁਹਾਡੇ ਘਰ ਵਿੱਚ ਆਉਣ ਵਾਲੀ ਗਰੀਬੀ ਤੋਂ ਤੁਹਾਨੂੰ ਬਚਾਇਆ ਹੈ। ਇਹ ਬਾਣੀ ਸੰਗਤ ਗੁਰੂ ਕਾ ਸ਼ਬਦ ਉਹ ਆਸਰਾ ਹੈ ਪਿਆਰੇ, ਉਹ ਸਾਰੀ ਸਾਡੀ ਜ਼ਿੰਦਗੀ ਵਿੱਚ ਪਰਿਵਾਰ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸਤਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ। ਆਓ ਬੜੇ ਪਿਆਰ ਨਾਲ ਸਾਰੇ ਹਾਜ਼ਰੀ ਲਾਇਓ, ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ, ਸਭ ਪਰਿਵਾਰ ਚੜ੍ਹਾਇਆ ਬੇੜੇ, ਜਾਂ ਤਿਸ ਪਾਵੇ ਤਾਂ ਹੁਕਮ ਮਨਾਵੇ, ਜਾਂ ਤਿਸ ਪਾਵੇ ਤਾਂ ਹੁਕਮ ਮਨਾਵੇ, ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਵੇ ਇਸ ਵੇੜੇ ਇਹ ਪਿਆਰੀ ਸਾਧ ਸਿੰਘ ਜੀ ਅਜਮਾਈਆਂ ਹੋਈਆਂ ਗੱਲਾਂ ਨੇ। ਕਿਸੇ ਦਾ ਬੱਚਾ ਸਮੈਕ ਦੇ ਨਸ਼ੇ ਵਿੱਚ ਪੈ ਜਾਏ ਅਤੇ ਸੰਗਤ ਅਰਦਾਸ ਕਰ ਦੇਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਬੇਨਤੀ ਕਰਾਂਗਾ ਸੰਗਤ ਨੂੰ 10 ਕੁ ਮਿੰਟ ਟਿਕਾਓ, ਬਖਸ਼ਿਓ 10 ਕੁ ਮਿੰਟ ਸਮਾਂ, ਬਹੁਤ ਥੋੜ੍ਹਾ ਹੈ, ਸੰਗਤ ਉੱਠ ਕੇ ਜਾ ਰਹੀ ਹੈ। ਮੈਂ 2 ਸ਼ਬਦਾਂ ਵਿੱਚ ਇਸਨੂੰ ਸਮਾਪਤ ਕਰ ਦਿਆਂਗਾ। ਮੈਂ ਬਾਰ ਐਸੋਸੀਏਸ਼ਨ ਤਰਨ ਤਾਰਨ ਵੱਲੋਂ, ਆਪਣੇ ਗਿਰਦ ਪਰਿਵਾਰ ਵੱਲੋਂ, ਆਪਣੀ ਛੋਟੀ ਭੈਣ ਬੇਬੇ ਹਰਜੀਤ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਪਰਮਾਤਮਾ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਕਰਦਾ ਹਾਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਭੈਣ ਹਰਜੀਤ ਕੌਰ ਜੀ ਨੂੰ ਆਪਣੇ ਪਵਿੱਤਰ ਚਰਨ ਕਮਲਾਂ ਵਿੱਚ ਨਿਵਾਸ ਬਖਸ਼ੋ। ਪਿੱਛੇ ਪਰਿਵਾਰ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਦੋਸਤਾਂ ਮਿੱਤਰਾਂ ਨੂੰ,
ਹੋਰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ, ਸ਼ਕਤੀ, ਤਾਕਤ, ਸਮਰਥਾ, ਅਕਲ ਅਤੇ ਬੁੱਧੀ ਬਖਸ਼ਿਸ਼ ਕਰੋ। ਇਹਨਾਂ ਕੋਲ ਜਿੰਦਾ ਹੋਇਆ ਉਹਨਾਂ ਦਾ ਜੱਜ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਰਦਾਰ ਜੀ ਐਸ ਢਿੱਲੋਂ ਜੀ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਸਰਦਾਰ ਡਾਕਟਰ ਗੁਰਮੇਜ ਸਿੰਘ ਜੀ ਵੀਰਮ, ਉਹ ਆਉਣ ਅਤੇ ਵਿਸ਼ਵੀ ਹੀਰੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਗੋਦ 'ਚ ਬੈਠੇ ਸਾਡੀ ਭੈਣ ਹਰਜੀਤ ਕੌਰ ਦੇ ਸ਼ੋਕਮਈ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਰਿਸ਼ਤੇਦਾਰ ਸਾਹਿਬਾਨ, ਵੱਖ ਵੱਖ ਪਾਰਟੀਆਂ ਦੇ ਆਗੂ ਸਾਹਿਬਾਨ, ਤਰਨ ਤਾਰਨ ਅਤੇ ਪੱਟੀ ਤੋਂ ਸਾਡੇ ਸਾਹਿਬ ਸਤਿਕਾਰਯੋਗ ਵਕੀਲ ਸਾਹਿਬਾਨ, ਔਰ ਦੂਰੋਂ ਨੇੜੇ ਆਏ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਹਰਜੀਤ ਕੌਰ ਜੀ ਪਿੰਡ ਵੱਲੋਂ, ਰਿਸ਼ਤੇ 'ਚ ਤਾਂ ਮੇਰੇ ਭਾਬੀ ਜੀ ਲੱਗਦੇ ਸੀ, ਪਰ ਮੈਂ ਉਹਦੇ ਨਾਨਕੇ ਅਤੇ ਮੇਰੇ ਨਾਨਕੇ ਮਾੜੀ ਵੀ ਗਏ ਸੀ, ਇਸ ਕਰਕੇ ਅਸੀਂ ਭੈਣ ਵਾਲਾ ਰਿਸ਼ਤਾ ਸ਼ੁਰੂ ਤੋਂ ਨਿਭਾਇਆ। ਔਰ ਇੰਨੇ ਹੀ ਉਹ ਚੰਗੇ ਇਨਸਾਨ, ਚੰਗੀ ਸੋਚ ਲੈ ਕੇ ਇੱਥੇ ਆਏ ਅਤੇ ਜਦੋਂ ਦੇ ਆਏ ਘਰ ਦੇ ਵਿੱਚ ਦਿਨ ਦੂਣੀ ਰਾਤ ਚੌਗਣੀ ਤਰੱਕੀ ਹੋਈ। ਉਹਨਾਂ ਦਾ ਸੁਭਾਅ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਤੁਹਾਨੂੰ ਦੱਸ ਹੀ ਦਿੱਤਾ, ਬਹੁਤ ਮਿਲਵਰਤਨ ਵਾਲਾ, ਮਿੱਠ ਬੋਲਣਾ, ਔਰ ਸਮਾਜਿਕ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੀਆਂ ਬਹੁਤ ਉੱਚੀਆਂ ਸੀ। ਇਸ ਪਰਿਵਾਰ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਯੋਗਦਾਨ ਜਿਹੜਾ ਹੈ, ਮੈਂ ਤਾਂ ਕਹੂੰਗਾ ਤੁਸੀਂ ਗੁੱਸਾ ਨਾ ਕਰਨ, ਸਭ ਤੋਂ ਜ਼ਿਆਦਾ ਸੀ। ਜਿਸ ਤਰ੍ਹਾਂ ਵੀਰ ਬਸੰਤ ਸਿੰਘ ਜੀ ਸਾਰੇ ਬੁਲਾਰੇ ਦੱਸ ਕੇ ਗਏ ਆ, ਸ਼ੁਰੂ ਤੋਂ ਯੂਪੀ 'ਚ ਰਹੇ, ਪਰ ਉਹਨਾਂ ਇੱਕ ਦਿਨ ਵੀ ਨਹੀਂ ਉਹਨਾਂ ਨੂੰ ਰੋਕਿਆ ਤੁਸੀਂ ਉੱਥੇ ਨਾ ਜਾਓ। ਇਹ ਬੜਾ ਇੱਕ ਭੈਣ ਦਾ ਵੱਡਾ ਜਿਗਰਾ ਸੀ। ਗੱਲ ਕੀ ਕਰੀਏ ਕਿ ਸਾਨੂੰ ਇਹ ਆਸ ਹੀ ਨਹੀਂ ਸੀ ਵੀ ਇੰਨੀ ਜਲਦੀ ਇਹ ਭਾਣਾ ਵਾਪਰਨ ਵਾਲਾ ਹੈ। ਬੇਟੇ ਨੇ ਪੜ੍ਹਾਈ ਕੀਤੀ ਹੈ, ਬੜੀ ਖੁਸ਼ੀ ਹੋਈ। ਮੈਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਬੇਟਾ ਮਿਲਿਆ, ਮੈਂ ਕਿਹਾ ਬੇਟਾ ਤੂੰ ਡਾਇਮੰਡ ਰੱਖਿਆ, ਤੂੰ ਵੀਰਮ ਰੱਖਣਾ ਸੀ ਪਿੰਡ ਦਾ ਨਾਂ ਉੱਚਾ ਕਰਦੇ ਆਪਾਂ ਨਾਲ। ਪਰ ਮੈਂ ਫਿਰ ਵੀ ਖੁਸ਼ ਹਾਂ ਵੀ ਚਲੋ ਡਾਇਮੰਡ ਵੀ ਹੀਰਾ ਹੁੰਦਾ ਹੈ, ਪਰ ਮੈਂ ਕਿਹਾ ਵੀਰਮ ਜ਼ਰੂਰ ਰੱਖ ਨਾਲ, ਇਹਦੇ ਨਾਲ ਪਿੰਡ ਦੀ ਸ਼ਾਨ ਵੱਧਦੀ ਆ। ਬੱਚੇ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ, ਜਿੱਥੇ ਵੀ ਮਿਲਦਾ ਹੈ ਮਨ ਨੂੰ ਚਾਹ ਚੜ੍ਹਦਾ। ਇਹੋ ਜਿਹੇ ਬੱਚੇ ਪੈਦਾ ਕਰਨੇ, ਇਹੋ ਜਿਹੇ ਸੰਸਕਾਰ ਦੇਣੇ, ਇਹ ਮਾਵਾਂ ਦੇ ਲਿਖੇ ਹੀ, ਮਾਵਾਂ ਦੇ ਹਿੱਸੇ ਹੀ ਆਏ ਹੁੰਦੇ ਆ। ਜਿਹੋ ਜਿਹੇ ਬੱਚੇ ਨੂੰ ਸੰਸਕਾਰ ਮਾਂ ਦਿੰਦੀ ਆ, ਉਹੋ ਜਿਹੇ ਬੱਚਾ ਅੱਗੇ ਜਾ ਕੇ ਬਣਦਾ। ਹੁਣ ਉਹਨਾਂ ਦੇ ਚੱਬਾ ਜੀ ਮੈਡਮ ਬੋਲ ਕੇ ਗਏ ਆ, ਹੁਣ ਉਹਨਾਂ ਦੀ ਜਿਹੜੀ ਆ ਉਹ ਲਾਈਫ ਉਹਨਾਂ ਦੇ ਹੱਥ ਦੇ ਵਿੱਚ ਆ। ਉਹਨਾਂ ਵੀ ਵਿਸ਼ਵਾਸ ਦਵਾਇਆ ਵੀ ਉਹ ਵੀ ਉਹਨਾਂ ਨੂੰ ਜਿਹੜੀ ਅੱਛੀ ਗਾਈਡੈਂਸ ਦੇਣਗੇ। ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਹਾਂ। ਦੂਰੋਂ ਨੇੜਿਓਂ ਆਏ ਸਾਰੇ ਜਿਹੜੇ ਵਕੀਲ ਸਾਹਿਬਾਨ, ਰਿਸ਼ਤੇਦਾਰ ਸਾਹਿਬਾਨ, ਸਾਰਿਆਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਦੁੱਖ ਦੀ ਇਸ ਘੜੀ ਦੇ ਵਿੱਚ ਦੁੱਖ ਵੰਡਾਇਆ। ਸਿਆਣੇ ਕਹਿੰਦੇ ਦੁੱਖ ਵੰਡਾਇਆ ਘਟਦਾ ਹੈ, ਸੁੱਖ ਦੇ ਵਿੱਚ ਸ਼ਾਮਲ ਹੋਈ ਅਤੇ ਦੁੱਖ ਵੱਧ। ਇਸ ਕਰਕੇ
ਅੱਜ ਆਪਾਂ ਸਾਰੇ ਸ਼ਾਮਲ ਹੋਏ ਹਾਂ ਭੈਣ ਜੀ ਹਰਜੀਤ ਕੌਰ ਦੀ ਅੰਤਮ ਅਰਦਾਸ ਦੇ ਵਿੱਚ। ਭੈਣ ਜੀ ਜਿਹੜੇ ਆ ਇਸ ਟਾਈਮ 'ਤੇ ਛੱਡ ਕੇ ਗਏ ਆ, ਇਹਨਾਂ ਦੀ ਜਿਹੜੀ ਆ ਹਮੇਸ਼ਾ ਹੀ ਯਾਦ ਜਿਹੜੀ ਉਹ ਤਾਜ਼ਾ ਰਹੇਗੀ, ਜੋ ਉਹਨਾਂ ਨੇ ਸਾਡੇ ਨਗਰ ਨੂੰ, ਰਿਸ਼ਤੇਦਾਰਾਂ ਨੂੰ, ਪਰਿਵਾਰਾਂ ਨੂੰ ਅਗਵਾਈ ਦੇ ਕੇ ਗਏ ਆ। ਉਹ ਸਾਡੇ ਕੋਲ ਸਰੀਰਕ ਤੌਰ 'ਤੇ ਤਾਂ ਵਿਛੜ ਗਏ ਆ, ਪਰ ਉਹਨਾਂ ਦੀ ਸੋਚ ਹਮੇਸ਼ਾ ਹੀ ਸਾਨੂੰ ਯਾਦ ਰਹੇਗੀ। ਅਸੀਂ ਇੱਕ ਪਰਿਵਾਰ ਵਾਂਗੂ ਜਿਹੜਾ ਸੀ ਉਹ ਸਾਰੇ ਪਿੰਡ ਦੇ ਨਾਲ ਉਹਨਾਂ ਦਾ ਵਰਤੋਂ ਸੀ। ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਵੱਡੇ ਵੀਰ ਰੂਪ ਸਿੰਘ ਦਾ, ਬਸੰਤ ਸਿੰਘ ਦਾ ਇਸ ਦੁੱਖ ਦੇ ਵਿੱਚ ਸ਼ਾਮਿਲ ਹੁੰਦਾ ਹੈ, ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਪਰਿਵਾਰ ਨੂੰ ਜਿਸ ਤਰ੍ਹਾਂ ਤਰੱਕੀ ਬਖਸ਼ੇ, ਵੀ ਸਾਡੇ ਬੇਟੇ ਡਾਇਮੰਡ ਨੂੰ ਦਿਨ ਰਾਤ ਦੂਣੀ ਚੌਣੀ ਤਰੱਕੀ ਬਖਸ਼ੇ, ਵਾਹਿਗੁਰੂ ਕਿਰਪਾ ਰੱਖੇ ਇਸ ਪਰਿਵਾਰ 'ਤੇ ਔਰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇੰਨੀਆਂ ਗੱਲਾਂ ਕਰਦਾ ਖਿਮਾ ਦਾ ਜਾਚਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲੱਗ ਅਲੱਗ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਧਾਰਮਿਕ, ਰਾਜਨੀਤਿਕ, ਸਮਾਜਿਕ ਆਗੂ ਇੱਥੇ ਪਹੁੰਚੇ ਨੇ, ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਨੇ। SP ਸਰਦਾਰ ਕੇਰ ਸਿੰਘ ਜੀ ਚੱਕ, ਸ਼੍ਰੀਮਤੀ ਬਲਬੀਰ ਕੌਰ ਬੇਦੀ ਪਤਨੀ ਸਵਰਗੀ ਸਰਦਾਰ ਇਕਬਾਲ ਸਿੰਘ ਜੀ ਬੇਦੀ, ਰਾਜਨ ਬੇਦੀ ਸਵਰਗੀ ਸਰਦਾਰ ਇਕਬਾਲ ਸਿੰਘ ਜੀ ਬੇਦੀ, ਸਰਦਾਰ ਵਸਨ ਸਿੰਘ ਜੀ ਖਾਲੜਾ, ਸਰਦਾਰ ਮੇਜਰ ਸਿੰਘ ਜੀ ਚੱਕ, ਸਰਦਾਰ ਸੁਖਵੰਤ ਸਿੰਘ ਚੇਅਰਮੈਨ, ਸਰਦਾਰ ਬਲਬੀਰ ਸਿੰਘ ਸੁਰ ਸਿੰਘ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ, ਸਰਦਾਰ ਸਰਵਣ ਸਿੰਘ ਧੁੰਨ, ਉਹਨਾਂ ਦਾ ਵੀ ਇੱਥੇ ਉਹ ਭੋਗ ਤੋਂ ਪਹਿਲਾਂ ਤੋਂ ਹੋ ਕੇ ਗਏ ਨੇ, ਉਹਨਾਂ ਦਾ ਵੀ ਇਹ ਮੈਸੇਜ ਸੀਗਾ ਕਿ ਮੇਰੇ ਵੱਲੋਂ ਵੀ ਇੱਥੇ ਸ਼ਰਧਾ ਦੇ ਫੁੱਲ ਭੇਂਟ ਵਿਛੜੇ ਹੋਏ ਰੂਹ ਨੂੰ ਕਰ ਰਹੇ ਨੇ। ਸਾਬਕਾ ਸਰਪੰਚ ਸਰਦਾਰ ਸੂਬਾ ਸਿੰਘ ਜੀ ਰਾਜਾਤਾਲ, ਸਾਬਕਾ ਸਰਪੰਚ ਸਰਦਾਰ ਮੱਖਣ ਸਿੰਘ ਰਾਜਾਤਾਲ, ਸਾਬਕਾ ਸਰਪੰਚ ਸਰਦਾਰ ਸਰਦਾਰ ਗੁਰਸੇਵਕ ਸਿੰਘ ਮਾੜੀ ਬੇਗਾ, ਡਾਕਟਰ ਹਰਪ੍ਰਭਜੋਤ ਸਿੰਘ ਅਕਾਲ ਸਹਾਇ ਆਈ ਕੇਅਰ ਹੋਸਪਿਟਲ, ਸਰਦਾਰ ਵਿਰਸਾ ਸਿੰਘ ਜੀ ਠੇਕੇਦਾਰ, ਡਾਕਟਰ ਆਗਿਆਪਾਲ ਸਿੰਘ ਜੀ, ਡਾਕਟਰ ਗੁਰਵੇਜ ਸਿੰਘ ਵੀਰਮ, ਸਰਦਾਰ ਸੁਖਬੀਰ ਸਿੰਘ ਪ੍ਰਧਾਨ ਅਦੋਕੇ, ਸਰਦਾਰ ਸਾਹਿਬ ਸਿੰਘ ਸਰਪੰਚ ਅਮੀਸ਼ਾ, ਸਤਿੰਦਰ ਸਿੰਘ ਪਾਸੀ ਕੌਂਸਲਰ ਭਿੱਖੀਵਿੰਡ, ਸੁਰਿੰਦਰ ਸਿੰਘ ਜੀ ਘਰਿਆਲਾ ਐਡਵੋਕੇਟ, ਚੇਅਰਮੈਨ ਸਰਦਾਰ ਹਰਬੰਸ ਸਿੰਘ ਜੀ ਪ੍ਰਧਾਨ ਸਰੀ ਝਬਾਲ, ਅਤੇ ਹੋਰ ਬਹੁਤ ਹੀ ਸਾਡੇ ਕੋਲ ਇੱਥੇ ਅਲੱਗ ਅਲੱਗ ਸ਼ਖਸੀਅਤਾਂ ਪਹੁੰਚੀਆਂ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ, ਸਮੁੱਚਾ ਧੰਨਵਾਦ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਪਰਿਵਾਰ ਦੇ ਮੁਖੀ ਸਤਿਕਾਰਯੋਗ ਤਾਇਆ ਜੀ ਸਰਦਾਰ ਰੂਪ ਸਿੰਘ ਜੀ, ਉਹ ਇੱਥੇ ਆਉਣ ਅਤੇ ਸਾਰੀ ਸੰਗਤ ਦਾ ਧੰਨਵਾਦ ਕਰਨ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਦੁੱਖ ਦੀ ਘੜੀ, ਇਸ ਸੋਗ ਸਮਾਗਮ ਦੇ ਵਿੱਚ, ਅੰਤਮ ਅਰਦਾਸ ਵਿੱਚ ਪਹੁੰਚੀ ਹੋਈ ਸਮੁੱਚੀ ਸੰਗਤ, ਸਭ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਸਾਡੇ ਰਾਹ ਦਸੇਰੇ, ਪਰਮਾਰਥ ਅਤੇ ਸਵਾਰਥ ਦੇ ਸਾਡੇ ਮੁਖੀ, ਸਤਿਗੁਰ ਦੀ ਅਪਾਰ ਬਖਸ਼ਿਸ਼ ਦੇ ਨਾਲ ਸਾਡੇ ਵਿੱਚ ਬਿਰਾਜਮਾਨ ਨੇ, ਜਿਨ੍ਹਾਂ ਦਾ ਸਾਨੂੰ ਬੜਾ ਹੀ ਹੋਰ ਆਸਰਾ, ਸਾਡੇ ਸਰਦਾਰ ਜੀ ਜਿਹੜੇ ਸਾਡੇ ਹਰ ਦੁੱਖ ਦੇ ਸੁੱਖ ਦੇ ਵਿੱਚ ਹਾਜ਼ਰ ਹੋ ਕੇ ਸਾਨੂੰ ਸਵਾਰਥ ਵਿੱਚ ਵੀ ਅਗਵਾਈ ਕਰ ਰਹੇ ਨੇ। ਮੈਨੂੰ ਬੜੀ ਖੁਸ਼ੀ ਆ ਕਿ ਸਾਡਾ ਛੋਟੇ ਤੋਂ ਛੋਟਾ ਬੱਚਾ ਵੀ ਉਹਨਾਂ ਦੀ ਅਗਵਾਈ ਲੈਣ ਤੋਂ ਬਗੈਰ ਕੋਈ ਕੰਮ ਨਹੀਂ ਕਰਦਾ, ਉਹਨਾਂ ਦੀ ਸਲਾਹ ਤੋਂ ਬਗੈਰ। ਉਹ ਸਾਡੇ ਵਾਸਤੇ, ਸਾਡੇ ਤਾਪਿਆਂ ਦਿਆਂ ਨੂੰ ਸ਼ਾਂਤ ਕਰਨ ਵਾਸਤੇ ਉਹ ਇੱਕ ਚੰਦਨ ਦਾ ਦਰਖਤ ਨੇ, ਉਹਨਾਂ ਨੂੰ ਮਿਲਿਆ ਸ਼ਾਂਤੀ ਆਉਂਦੀ ਹੈ। ਮੈਂ ਸ਼ੁਕਰਗੁਜ਼ਾਰ ਕਰਦਾ ਆਪਣੇ ਸਤਿਗੁਰ ਦਾ, ਧੰਨਵਾਦੀ ਹਾਂ, ਸ਼ੁਕਰ ਕਰਦਾ
ਕਿ ਉਹ ਸਾਡੇ ਹਰ ਵੇਲੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਨੇ, ਸਾਨੂੰ ਹੌਸਲਾ ਦਿੰਦੇ ਨੇ, ਸਾਡੀ ਹਰ ਬੰਨੇ ਅਗਵਾਈ ਕਰਦੇ ਨੇ। ਇਸੇ ਤਰ੍ਹਾਂ ਹੀ ਸਾਰੇ ਹੀ ਰਾਜਨੀਤਿਕ ਪਾਰਟੀਆਂ ਦੇ ਸਾਡੇ ਸਾਰਿਆਂ ਨਾਲ ਹੀ ਪਿਆਰ ਆ, ਸਭ ਇੱਥੇ ਪਹੁੰਚੇ ਨੇ, ਸਾਡੇ ਧੁਰ ਦੇ ਸਾਥੀ, ਸਾਡੇ ਸਤਸੰਗੀ ਵੀਰ ਜਨ, ਸਾਡੇ ਰਾਮ ਮਹਿਤਾ ਜੀ ਸੈਕਟਰੀ ਬਿਆਸ ਸਟੇਸ਼ਨ ਦੇ, ਜਿੱਥੇ ਕਿ ਸਾਡੇ ਬੱਚੇ ਵੀਰ ਸੇਵਾ ਕਰਦੇ ਨੇ, ਉਹਨਾਂ ਨੂੰ ਬੜਾ ਦੁੱਖ ਆ। ਪੁੱਲ ਲੈ ਕੇ ਗਏ, ਕੁਛ ਨਵੇਂ ਜੀ ਨਾਲ ਗਏ ਹੁੰਦੇ ਨੇ, ਉਹਨਾਂ ਨੇ ਬੜੀ ਪਿਆਰ ਦੇ ਨਾਲ, ਇੰਨਾ ਸਤਿਕਾਰ ਦੇ ਨਾਲ ਉਹ ਕਿਰਿਆ ਕਰਨ ਦੇ ਵਿੱਚ ਹਿੱਸਾ ਲਿਆ, ਔਰ ਗੱਡੀਆਂ ਨੂੰ ਡੇਰੇ ਤੋਂ ਇਜਾਜ਼ਤ ਲੈ ਕੇ ਸਾਰੇ ਡੇਰੇ ਵਿੱਚ ਦਰਸ਼ਨ ਕਰਾਏ। ਉਹਨਾਂ ਨੇ ਬੜੇ ਸਤਿਕਾਰ ਨਾਲ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਪਰਿਵਾਰ ਦਾ ਬੜਾ ਮਾਣ ਕੀਤਾ। ਮੈਂ ਧੰਨਵਾਦ ਸ਼ੁਕਰ ਗੁਜ਼ਾਰ ਹਾਂ ਸਤਿਗੁਰ ਦਾ, ਪਿਆਰ ਦੇ ਨਾਲ ਸਾਡੇ ਪਰਿਵਾਰ ਨੂੰ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ। ਸੋ ਸਾਰੀ ਆਈ ਸੰਗਤ ਦਾ ਰੋਮ ਰੋਮ ਸਾਡਾ ਧੰਨਵਾਦ ਕਰਦਾ, ਕਿਉਂਕਿ ਸਾਡੇ ਦੁੱਖ ਹਾਜ਼ਰ ਹੋ ਕੇ ਸਾਡਾ ਦੁੱਖ ਵੰਡਾਇਆ। ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਸੰਗਤ ਨੂੰ ਵਿਸ਼ਵਾਸ ਦਿਵਾਉਂਦਾ ਵੀ ਜਿੰਨਾ ਪਿਆਰ ਸਤਿਕਾਰ ਸਾਨੂੰ ਤੁਸੀਂ ਦਿੱਤਾ, ਮੈਂ ਉਸ ਦਿਨ ਤੋਂ ਹੀ ਸਾਰੇ ਪਰਿਵਾਰ ਨੂੰ ਕਿਹਾ ਵੀ ਆਪਾਂ ਸਾਰੀ ਜ਼ਿੰਦਗੀ ਸਮੈਲ ਵਿਆਜ ਮੋੜਨਾ ਆ ਇਹ ਸੰਗਤ ਦਾ ਪਿਆਰ। ਉੱਧਰ ਬੜੀ ਹੈਰਾਨਗੀ ਵੀ ਹੋਈ ਵੀ ਧਾਰਮਿਕ ਪ੍ਰੋਗਰਾਮ ਸਾਰੇ ਪਿੰਡ ਦਾ ਨਗਰ ਕੀਰਤਨ ਜਾਣਾ ਸੀ ਅਤੇ ਸਾਡੇ ਪੁੱਛਿਆਂ ਤੋਂ ਬਗੈਰ ਅਸੀਂ ਨਹੀਂ ਹਾਂ ਪਿਆ, ਅਸੀਂ ਕਦੇ ਵੀ ਨਹੀਂ ਜਾ ਕਹਿਣਾ ਵੀ ਇਹ ਧਾਰਮਿਕ ਸਮਾਗਮ ਨਾ ਕੀਤਾ ਜਾਵੇ। ਨਗਰ ਕੀਰਤਨ ਜਿੱਥੇ ਜਿੱਥੇ ਹੋ ਗਏ ਗੁਜ਼ਰਨਾ ਸੀ, ਸੰਗਤ ਨੇ ਆਪ ਹੀ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਲੰਗਰ ਵੀ ਬੰਦ ਕਰਾ ਕੇ ਵੀ ਸਾਡੀ ਖਾਤਰ, ਸਾਡੇ ਪਿੰਡ ਦੀ ਖਾਤਰ ਇਹ ਪ੍ਰੋਗਰਾਮ ਰੱਖਿਆ, ਕਿਉਂਕਿ ਸਾਡੇ ਇੱਕ ਬੜੀ ਵੱਡੀ ਪਰਿਵਾਰ, ਸਾਨੂੰ ਸਾਰਾ ਆਪਣਾ ਪਰਿਵਾਰ ਕਹਿ ਕੇ ਸੰਗਤ ਨੇ ਆਪਣੇ ਆਪ ਹੀ ਉਹ ਪਰਿਵਾਰ ਜਿਹੜੀਆਂ ਅਸੀਂ ਗਲੀਆਂ ਨਾਲੀਆਂ ਦਾ ਰਾਹ ਸਾਫ਼ ਕੀਤੇ ਸੀ ਹਜ਼ੂਰ ਮਹਾਰਾਜ ਦੀ ਪਾਲਕੀ ਵਾਸਤੇ, ਉੱਥੇ ਸਾਡਾ ਕਿਸ ਤਰ੍ਹਾਂ ਅਸੀਂ ਭੈਣ ਨੂੰ ਲੈ, ਆਪਣੀ ਧੀ ਭੈਣ ਨੂੰ ਲੈ ਕੇ ਗਏ, ਸੰਗਤ ਨੇ ਇੰਨਾ ਇੱਕ ਇੱਕ ਜੀ ਇੱਕ ਇੱਕ ਜੀ ਹਾਜ਼ਰ ਹੋਇਆ, ਉੱਦਾਂ ਦਾ ਪਤਾ ਨਹੀਂ ਮੈਂ ਕਹਿ ਨਹੀਂ ਸਕਦਾ ਵੀ ਕਿੰਨੀ ਵਾਰਾਂ ਇੱਕ ਸੱਜਣ ਨੇ 10 ਦਿਨ ਹੀ ਸਾਡੇ ਨਾਲ ਆ ਕੇ ਸਾਡੇ ਸਾਨੂੰ ਰੋਣ ਨਹੀਂ ਦਿੱਤਾ, ਦੁੱਖ ਨਹੀਂ, ਦੁੱਖ 'ਚ ਹਾਜ਼ਰ ਹੋਏ ਨੇ, ਸਾਡਾ ਦੁੱਖ ਕੱਟਿਆ ਗਿਆ। ਠੀਕ ਹੈ, ਉਹ ਘਾਟ ਉਹ ਪੁੱਤਰ ਨੂੰ ਮਾਂ ਨਹੀਂ ਮਿਲਣੀ, ਸਾਡੇ ਭਰਾ ਨੂੰ ਪਤਨੀ ਨਹੀਂ ਮਿਲਣੀ ਜਿਹਨੇ ਸਾਨੂੰ ਇੰਨਾ ਸਾਡੇ ਘਰ ਆਣ ਕੇ 32 ਸਾਲ ਸੇਵਾ ਕੀਤੀ ਆ, ਇਹਦੇ ਬਦਲੇ ਉਹਦੀ ਇੱਕੋ ਹੀ ਖਾਹਿਸ਼ ਰਹਿ ਗਈ ਸੀ ਵੀ ਮੈਂ ਪੁੱਤਰ ਦਾ ਆਪਣੀ ਖੁਸ਼ੀ ਨਾਲ ਵਿਆਹ ਕਰਨਾ, ਅਤੇ ਅਸੀਂ ਤਿਆਰੀਆਂ ਸ਼ੁਰੂ ਕੀਤੀਆਂ ਜਿਵੇਂ ਸਾਰੇ ਦੱਸਿਆ, ਪਰ ਉਹਨੂੰ ਇਹ ਖੁਸ਼ੀ ਨਹੀਂ ਦੇ ਸਕਦੇ ਕੋਈ ਸਾਡੇ ਵੱਸ ਨਹੀਂ, ਅਸੀਂ ਕਦੀ ਘਰ ਹੀ ਨਹੀਂ ਹੁੰਦੇ, ਸਾਰੇ ਜੀ ਕੰਮਾਂ ਕਰਮ ਭੱਜ ਜਾਂਦੇ ਹਾਂ, ਉਸ ਦਿਨ ਕੁਦਰਤੀ ਸਾਰੇ ਦੇ ਸਾਰੇ ਜੀ ਘਰ ਆ, ਪਰ ਅਸੀਂ ਇੱਕ ਗਲਾਸ ਪਾਣੀ ਦਾ ਵੀ ਸਾਡੇ ਤੋਂ ਨਹੀਂ ਮੰਗਿਆ, ਜਿਵੇਂ ਉਹਦਾ ਸਾਡੇ ਨਾਲ ਇੰਨਾ ਸੰਬੰਧ ਸੀ, ਸਾਡੇ 'ਤੇ ਉਹਨੇ ਕੋਈ ਬੋਝ ਨਹੀਂ ਪਾਉਣਾ, ਉਹਨੇ ਆਪ ਐਂ ਹੱਸਦੀ ਹੱਸਦੀ 2 ਮਿੰਟ ਦੇ ਵਿੱਚ ਹੀ ਸਾਡੇ ਹੱਥਾਂ 'ਚ ਚਲੇ ਗਈ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਅਸੀਂ ਕੋਸ਼ਿਸ਼ ਕਰਾਂਗੇ ਪਿਆਰ ਨੂੰ ਇਸੇ ਤਰ੍ਹਾਂ ਹੀ ਖੁਸ਼ੀ ਗਮੀ 'ਚ ਹਰ ਇੱਕ ਦੇ ਵਿੱਚ ਸਾਡਾ ਪਰਿਵਾਰ ਹਾਜ਼ਰ ਹੋਵੇ, ਔਰ ਇਹੀ ਇੱਕ ਕਰਜ਼ੇ ਦੇ ਰੂਪ ਦੇ ਵਿੱਚ ਸਮਝਾਂਗੇ ਵੀ ਸਾਡੇ 'ਤੇ ਇੱਕ ਸਮਾਜ ਨੇ ਕਰਜ਼ ਪਾਤਾ, ਅਸੀਂ ਇਹਨੇ ਕਿਸ਼ਤਾਂ ਮੋੜਨ ਦੀ ਕੋਸ਼ਿਸ਼ ਕਰਾਂਗੇ। ਸੋ ਸਾਰੀ ਸੰਗਤ ਨੇ ਗੁਰੂ ਦਾ ਲੰਗਰ ਤਿਆਰ ਹੈ, ਹਰ ਇੱਕ ਨੇ ਪ੍ਰਸ਼ਾਦਾ ਛੱਕ ਕੇ ਫੇਰ ਜਾਣਾ। ਬਹੁਤ ਬਹੁਤ ਧੰਨਵਾਦ ਜੀ ਸੰਗਤ ਦਾ। ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।